पर जिहड़े इहदे अपने देसी झोने का कोई इलाज नहीं गा, ना ही ये कोई यूनिवर्सिटी कोले सरकारां कोले इहदा इलाज है नहीं गा। सिर्फ रीचार्ज करन बारे सिद्धी बेई कह रही सरकार। दूजे पासे जिहड़ा कुदरती तौर ते नहरां दा पानी रीचार्ज थल्ले हो रहा है उहनूं सरकार बंद करन ते आई होई है। साडे तां हुण पानी दा वाटर लैवल असीं सानूं 20 साल हो गए झोना ला रहियां नूं ते साडा तां वाटर लैवल उत्थे ही खड़ा। सरकारां ने वी कहा है कि जिहड़ी 20 जून तों उहनां ने कहता वी सिद्धी बिजाई दी जिहड़ी मिजान कर सकदे हो, किवें देखदे हो सिद्धी बिजाई नूं लै के किसानां दा ਫਰੀਦਕੋਟ ਏਰੀਏ 'ਚ ਅਸੀਂ ਪਹਿਲੇ ਕਿਸਾਨ ਸੀ, ਸਾਡਾ ਪਿੰਡ ਹਰਦਿਆਲਿਆਂ ਨਾਲ ਜਿਹੜਾ ਸਾਰਿਆਂ ਨਾਲੋਂ ਵੱਧ ਰਕਬਾ ਝੋਨੇ ਸਿੱਧੀ ਬਿਜਾਈ ਹਟਾਇਆ ਸੀ। ਦਿੱਕਤ ਕੀ ਹੈ, ਤੁਸੀਂ ਕਿਉਂ ਨਹੀਂ ਕਰ ਰਹੇ, ਪਹਿਲਾਂ ਬੀਜਦੇ ਹੁੰਦੇ ਸੀਗੇ? ਹਾਂਜੀ, ਇਹਦੇ ਨਾਲ ਹੀ ਕਾਫੀ ਕਾਰਨ ਹੈ, 4-5 ਕਾਰਨ ਹੈ ਨਾ ਇਹਦੇ ਸਿੱਧੀ ਬਿਜਾਈ ਕਰਨ ਦੇ। ਕਿਉਂਕਿ ਪਹਿਲਾ ਕਾਰਨ ਤਾਂ ਇਹਦਾ ਇਹੀ ਹੈ ਵੀ ਜਿਹੜਾ ਇਹਦਾ ਇਹਦੇ ਵਿੱਚ ਦੇਸੀ ਝੋਨਾ ਉੱਗ ਰਿਹਾ ਜੀ, ਜਦੋਂ ਪਹਿਲੇ ਸਾਲ ਲਾਉਣੇ ਆ ਉਦੋਂ ਘੱਟ ਹੁੰਦਾ, ਦੂਜੇ ਸਾਲ ਹੋਰ ਵੱਧ ਜਾਂਦਾ, ਤੀਜੇ ਸਾਲ ਹੋਰ ਵੱਧ ਜਾਂਦਾ, ਉਸ ਤੋਂ ਮਗਰੋਂ ਜਿਹੜਾ ਉਹਦੀ ਪ੍ਰੋਬਲਮ ਆ ਉਹ ਸੋਲਵ ਨਹੀਂ ਹੁੰਦੀ। ਕਿਸਾਨਾਂ ਦਾ ਹੀ ਫਾਇਦਾ, ਕਿਸਾਨਾਂ ਦਾ ਹੀ ਨੁਕਸਾਨ ਹੋਊਗਾ ਜੇਕਰ ਇਸ ਪਾਸੇ ਨਾ ਆਉਣਗੇ ਸਿੱਧੀ ਬਿਜਾਈ ਵਾਲੇ ਪਾਸੇ ਨਾ ਆਉਣਗੇ। ਜਿਹੜੇ ਪਾਣੀ ਦਾ ਇਹਦਾ ਕੋਈ ਫਰਕ ਨਹੀਂ ਗਾ, ਉਨੇ ਹੀ ਪਾਣੀ ਇਹਨੂੰ ਲੱਗਦੇ ਆ, ਉਨੇ ਹੀ ਦੂਜੇ ਝੋਨੇ ਨੂੰ ਲੱਗਦੇ ਆ। ਹੁਣ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੇ ਮਜਬੂਰ ਕੀਤਾ, ਮੰਨਦੇ ਹੋ? ਸਾਨੂੰ ਰੇਹਾਂ ਪਾਉਣ ਇਹਨਾਂ ਨੇ ਸਿਖਾਇਆ, ਸਾਨੂੰ ਰੇਹ ਦਾ ਪਤਾ ਨਹੀਂ ਵੀ ਕਿਵੇਂ ਪਾਈਦੀ ਹੈ। ਪਹਿਲਾਂ 5-10 ਕਿਲੋ 20 ਕਿਲੋ ਮੁੜ ਕੇ 4-4 ਬੋਰੀਆਂ 'ਤੇ ਇਹਨਾਂ ਨੇ ਸਾਨੂੰ ਸਿਖਾਇਆ ਸਾਰਾ ਲਾਉਣ। ਕੋਈ ਸਬਜ਼ੀ ਲਾ ਲਾ, ਜੱਟ ਨੂੰ ਤੜਾਈ ਮਹਿੰਗੀ ਪੈਂਦੀ ਹੈ, ਇਹ ਤੜਕੇ ਪਾ ਕੇ ਰੇਹੜੀਆਂ ਵਾਲੇ ਪਾ ਲੈਂਦੇ, ਸਾਡਾ ਪਾ ਹੀ ਨਹੀਂ, ਸਬਜ਼ੀ ਤਾਂ ਪਾਏਗਾ ਸਾਡਾ। ਗੱਲ ਤਾਂ ਸਰਕਾਰ ਨੂੰ ਕਹਿੰਦੇ ਆ ਵੀ ਘੱਟ ਤੋਂ ਘੱਟ ਸਮੇਂ ਵਾਲੀਆਂ ਵਰਾਈਟੀਆਂ ਲਿਆਓ, ਜਿਹੜਾ ਘੱਟ ਤੋਂ ਘੱਟ ਸਮੇਂ ਵਿੱਚ ਪੱਕ ਜੇ ਅਤੇ ਜਿੰਨਾ ਲੇਟ ਲੱਗ ਜੇ ਉਹ ਫਾਇਦਾ ਹੀ ਆ। ਕਿਸਾਨ ਇਸ ਪ੍ਰਤੀ ਜਾਗਰੂਕ ਆ ਜੀ, ਜੇ ਕਹੀਏ ਨਾ ਵੀ ਕਿਸਾਨ ਪਾਣੀ ਨੂੰ ਲੈ ਕੇ ਜਾਂ ਪਰਾਲੀ ਨੂੰ ਲੈ ਕੇ ਸਾਰੇ ਪਾਸੇ ਜਾਗਰੂਕ ਹੈ, ਬਸ ਸਿਰਫ ਕਿਸਾਨਾਂ 'ਤੇ ਜਦੋਂ ਹਰ ਚੀਜ਼ ਥੋਪ ਦਿੰਦੇ ਆ ਉਦੋਂ ਸਮੱਸਿਆ ਆ ਜਾਂਦੀ ਹੈ, ਜਦੋਂ ਵਿੱਚ ਆਪਣਾ ਉਸ ਵਿੱਚ ਅੰਡਰਸਟੈਂਡਿੰਗ ਨਹੀਂ ਹੁੰਦੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਜੀਤ ਸਿੰਘ ਰਮਾਣਾ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਤਾਂ ਸਪੈਸ਼ਲ ਸੰਡੇ ਦੇ ਵਿੱਚ ਤੁਹਾਡਾ ਸਵਾਗਤ ਹੈ ਅਤੇ ਅੱਜ ਦਾ ਜਿਹੜਾ ਇਹ ਮੁੱਦਾ ਹੈ ਉਹ ਸਿੱਧੀ ਬਿਜਾਈ ਨੂੰ ਲੈ ਕੇ ਹੈ, ਕਿਉਂਕਿ ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਹੈ ਕਿ ਵੱਧ ਤੋਂ ਵੱਧ ਜਿਹੜੀ ਸਿੱਧੀ ਬਿਜਾਈ ਕੀਤੀ ਜਾਵੇ। ਪੰਜਾਬ ਸਰਕਾਰ ਵੱਲੋਂ 1500 ਰੁਪਈਆ ਪ੍ਰਤੀ ਏਕੜ ਉਹ ਕਿਸਾਨਾਂ ਨੂੰ ਮਦਦ ਵੀ ਕੀਤੀ ਜਾਵੇਗੀ, ਤਾਂ ਉਸ ਨੂੰ ਲੈ ਕੇ ਅੱਜ ਕਿਸਾਨਾਂ ਦੇ ਨਾਲ ਗੱਲਬਾਤ ਕਰਾਂਗੇ। ਕਿਸਾਨ ਨਾਲ ਆ ਸਾਡੇ ਫਰੀਦਕੋਟ ਦੇ ਪਿੰਡ ਪਿਪਲੀ ਦੇ ਕਿਸਾਨ ਅਤੇ ਪਿੰਡ ਹਰਦਿਆਲਿਆਣੇ ਦੇ ਕਿਸਾਨ ਮੌਜੂਦ ਨੇ, ਖੇਤਾਂ ਦੇ ਵਿੱਚ ਪਹੁੰਚੇ ਹਾਂ, ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਸਾਰੇ D5 ਚੈਨਲ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ। ਕਿਵੇਂ ਮੰਨਦੇ ਹੋ ਜੀ, ਹੁਣ ਜਿਹੜਾ ਇਸ ਵਕਤ ਆ ਜੇ ਆਪਾਂ ਗੱਲ ਕਰੀਏ ਤਾਂ ਸਿੱਧੀ ਬਿਜਾਈ ਹੈ ਜਿਹੜੀ ਬਿਲਕੁਲ ਪੀਕ 'ਤੇ ਹੈ, ਸਰਕਾਰਾਂ ਨੇ ਵੀ ਕਿਹਾ ਹੈ ਕਿ ਜਿਹੜੀ 20 ਜੂਨ ਤੋਂ ਉਹਨਾਂ ਨੇ ਕਹਿਤਾ ਵੀ ਜੇ ਤੁਸੀਂ ਸਿੱਧੀ ਬਿਜਾਈ ਦੀ ਜਿਹੜੀ ਮਿਜ਼ਾਨ ਕਰ ਸਕਦੇ ਹੋ, ਕਿਵੇਂ ਦੇਖਦੇ ਹੋ ਸਿੱਧੀ ਬਿਜਾਈ ਨੂੰ ਲੈ ਕੇ, ਕਿਸਾਨਾਂ ਦਾ ਕੀ ਕਹਿਣਾ? ਹਾਂਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਅਸੀਂ ਸਿੱਧੀ ਬਿਜਾਈ ਕਾਫੀ ਲੰਮੇ ਸਮੇਂ ਤੋਂ ਕਰ ਰਹੇ ਹਾਂ। ਸਭ ਤੋਂ ਪਹਿਲਾਂ ਫਰੀਦਕੋਟ ਏਰੀਏ 'ਚ ਅਸੀਂ ਪਹਿਲੇ ਕਿਸਾਨ ਸੀ, ਸਾਡਾ ਪਿੰਡ ਹਰਦਿਆਲਿਆਂ ਨਾਲ ਜਿਹੜਾ ਸਾਰਿਆਂ ਨਾਲ ਵੱਧ ਰਕਬਾ ਝੋਨੇ ਸਿੱਧੀ ਬਿਜਾਈ ਹਟਾਇਆ ਸੀ। ਪਰ ਇਸ ਵਾਰ ਜੋ ਮੈਂ ਤਾਂ ਆਪਣੇ ਲੈਵਲ 'ਤੇ ਤਾਂ ਬਿਲਕੁਲ ਨਹੀਂ ਕਰ ਰਿਹਾ, ਪਿੰਡ ਦੇ ਵਿੱਚ ਵੀ ਮੈਨੂੰ ਲੱਗਦਾ ਵੀ 5-10 ਕਿੱਲੇ ਹੀ ਸਿੱਧੀ ਬਿਜਾਈ ਦੇ ਹੋ ਰਹੇ ਆ। ਕੀ ਦਿੱਕਤ ਕੀ ਹੈ, ਤੁਸੀਂ ਕਿਉਂ ਨਹੀਂ ਕਰ ਰਹੇ, ਪਹਿਲਾਂ ਬੀਜਦੇ ਹੁੰਦੇ ਸੀਗੇ? ਹਾਂਜੀ, ਇਹਦੇ ਨਾਲ ਹੀ ਕਾਫੀ ਕਾਰਨ ਹੈ, 4-5 ਕਾਰਨ ਹੈ ਨਾ ਇਹਦੇ ਸਿੱਧੀ ਬਿਜਾਈ ਕਰਨ ਦੇ। ਕਿਉਂਕਿ ਪਹਿਲਾ ਕਾਰਨ ਤਾਂ ਇਹਦਾ ਇਹੀ ਹੈ ਵੀ ਜਿਹੜਾ ਇਹਦਾ ਇਹਦੇ ਵਿੱਚ ਦੇਸੀ ਝੋਨਾ ਉੱਗ ਰਿਹਾ ਜੀ, ਜਦੋਂ ਪਹਿਲੇ ਸਾਲ ਲਾਉਣੇ ਆ ਉਦੋਂ ਘੱਟ ਹੁੰਦਾ, ਦੂਜੇ ਸਾਲ ਹੋਰ ਵੱਧ ਜਾਂਦਾ, ਤੀਜੇ ਸਾਲ ਹੋਰ ਵੱਧ ਜਾਂਦਾ, ਉਸ ਤੋਂ ਮਗਰੋਂ ਜਿਹੜਾ ਉਹਦੀ ਪ੍ਰੋਬਲਮ ਉਹ ਸੋਲਵ ਨਹੀਂ ਹੁੰਦੀ। ਜਿਹੜੇ ਨਦੀਨ ਹੁੰਦੇ ਆ ਉਹ ਤਾਂ ਆਪਾਂ ਕੰਟਰੋਲ ਕਰ ਲੈਂਦੇ ਹਾਂ, ਪਰ ਜਿਹੜੇ ਇਹਦੇ ਆਪਣੇ ਦੇਸੀ ਝੋਨੇ ਦਾ ਕੋਈ ਇਲਾਜ ਨਹੀਂ ਗਾ, ਨਾ ਹੀ ਇਹ ਕੋਈ ਯੂਨੀਵਰਸਿਟੀ ਕੋਲ ਸਰਕਾਰਾਂ ਕੋਲ ਇਹਦਾ ਇਲਾਜ ਹੈ ਨਹੀਂ ਗਾ। ਦੂਜੇ ਨੰਬਰ 'ਤੇ ਜਿਹੜਾ ਇਹ ਆਪਣਾ ਏਰੀਏ ਤੋਂ ਏਰੀਆ ਵੀ ਡਿਪੈਂਡ ਕਰਦਾ ਹੈ, ਜਿਵੇਂ ਕਈ ਏਰੀਆ 'ਚ ਸਿੱਧੀ ਬਿਜਾਈ ਕਾਮਯਾਬ ਆ, ਸਾਡੇ ਏਰੀਏ 'ਚ ਓਨੀ ਕਾਮਯਾਬ ਨਹੀਂ ਹੈਗੀ, ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਪਾਣੀ ਦੀ ਵੀ ਸਾਨੂੰ ਜ਼ਿਆਦਾ ਲਾਗਤ ਲੱਗੀ ਦੂਜੇ ਝੋਨੇ ਨਾਲੋਂ। ਤੀਜੇ ਨੰਬਰ 'ਤੇ ਜਿਹੜਾ ਲੋਕਾਂ ਦੀ ਜਿਹੜੀ ਫਾਈਨੈਂਸ਼ੀਅਲ ਹਾਲਤ ਥੋੜ੍ਹੀ ਡਾਊਨ ਹੈ, ਜਿੱਥੇ ਸਿੱਧੀ ਬਿਜਾਈ ਹੁੰਦੀ ਹੈ ਉੱਥੇ ਨਾ ਤਾਂ ਕੋਈ ਮੱਕੀ ਬੀਜੀ ਜਾਂਦੀ ਹੈ ਨਾ ਮੂੰਗੀ ਬੀਜੀ ਜਾਂਦੀ ਹੈ, ਸਾਡੇ ਲੋਕ ਇੱਥੇ ਹੁਣ ਜ਼ਿਆਦਾ 26 ਝੋਨੇ ਨੂੰ ਅਤੇ ਬਾਸਮਤੀ ਨੂੰ ਜ਼ਿਆਦਾ ਤਰਜੀਹ ਦੇ ਰਹੇ ਆ। ਉਹਦੇ ਵਿੱਚ ਪਹਿਲਾਂ ਅਸੀਂ ਇੱਕ ਤਾਂ ਮੂੰਗੀ ਬੀਜ ਲੈਂਦੇ ਹਾਂ, ਇੱਕ ਫਸਲ ਸਾਨੂੰ ਐਕਸਟਰਾ ਮਿਲ ਜਾਂਦੀ ਹੈ, ਜਾਂ ਮੱਕੀ ਚਾਰ ਵਾਲੀ ਬੀਜ ਲੈਂਦੇ ਹਾਂ, ਸਿੱਧੀ ਬਿਜਾਈ ਦੇ ਵਿੱਚ ਸਾਡੇ ਕੋਲ ਇਹ ਵੀ ਆਪਸ਼ਨ ਆ ਜਿਹੜੀ ਉਹ ਮੁੱਕ ਜਾਂਦੀ ਹੈ। ਅਤੇ ਬਾਕੀ ਸਰਕਾਰ ਕੋਲ ਜਿਹੜੀਆਂ ਯੂਨੀਵਰਸਿਟੀ ਕੋਲ ਵਰਾਇਟੀਆਂ ਵੀ ਇਹੋ ਜਿਹੀਆਂ ਹੈ ਨਹੀਂ ਗਾ ਵੀ ਜਿਹੜੀਆਂ ਸਿੱਧੀ ਬਿਜਾਈ ਲਈ ਕੰਮ ਹੋਣ, ਲਾਹੇਵੰਦ ਹੋਣ। ਇਹ ਯੂਨੀਵਰਸਿਟੀ ਨੂੰ ਸਰਕਾਰ ਨੂੰ ਬੇਨਤੀ ਹੈ ਵੀ ਜਾਂ ਤਾਂ ਇਸ ਤਰ੍ਹਾਂ ਦੀਆਂ ਵਰਾਇਟੀਆਂ ਪੈਦਾ ਕਰਨ ਜਿਹੜੀਆਂ ਸਿੱਧੀ ਬਿਜਾਈ ਲਈ ਜ਼ਿਆਦਾ ਲਾਹੇਵੰਦ ਹੋਣ, ਜਿਹੜੀਆਂ ਜ਼ਿਆਦਾ ਘੱਟ ਸਮੇਂ ਵਿੱਚ ਜ਼ਿਆਦਾ ਟਿਲਰਿੰਗ ਕਰਨ। ਤੁਸੀਂ ਵਰਾਇਟੀਆਂ ਦੀ ਗੱਲ ਕੀਤੀ ਹੈ, ਜੇਕਰ ਸਿੱਧੀ ਬਿਜਾਈ ਨੂੰ ਲੈ ਕੇ ਜਿਹੜੀਆਂ ਵਰਾਇਟੀਆਂ ਦੀ ਤੁਸੀਂ ਗੱਲ ਕੀਤੀ ਹੈ, ਉਹ ਵਰਾਇਟੀਆਂ ਜਿਹੜੀ ਸਰਕਾਰ ਲਾਗੂ ਕਰਦੇ ਅਪਰੂਵ ਕਰਦੇ, ਅਤੇ ਫਿਰ ਆ ਜਿਹੜੇ ਤੁਸੀਂ ਨਦੀਨ ਨਾਸ਼ਕਾਂ ਦੀ ਕੀਤੀ ਹੈ, ਦੇਸੀ ਝੋਨੇ ਦੀ ਗੱਲ ਕੀਤੀ ਹੈ, ਉੱਪਰੋਂ ਹਟ ਜਾਣਗੇ? ਨਹੀਂ, ਜਿਹੜਾ ਨਦੀਨ ਹੈ, ਨਦੀਨਾਂ 'ਤੇ ਕੰਟਰੋਲ ਤਾਂ ਮੈਂ ਦੱਸਿਆ ਵੀ ਹੁਣ ਵੀ ਹੈਗਾ, ਕੋਈ ਉਹ 'ਚ ਡਾਊਟ ਨਹੀਂ ਗਾ, ਹੁਣ ਵੀ ਜੇ ਅਸੀਂ ਕਰ ਲੈਂਦੇ ਹਾਂ, ਪਰ ਜਿਹੜਾ ਦੇਸੀ ਝੋਨਾ ਉਹ ਨਹੀਂ ਹੁੰਦਾ ਗਾ,
वह हूँ नहीं हटता कोई दवाई वो काम नहीं करती गई। तुम भावें जाके यूनीवर्सिटी भी पता कर सकते हैं उन्होंने कोई हल नहीं। हाँ जे एरिए सीधी बिजाई कामयाब है उन्होंने वास्ते जे कोई चंकी वधिया वरायटी आ जाए जी घट समय में ज्यादा टेलरिंग कर ले वो उत्थे मैं उस एरिए की गल करदा भी उस एरिए ज्यादा कामयाब हो सकती है। तुम आप तौर पर पहला सीधी बिजाई की है? हाँ जी किती है? मैं जी पिछले 3-4 साल तो सीधी बिजाई कर रहा है। सारे नालों असी पहला 200 किला कल मैं ही किया साढ़े पिंड के घटो घट 1000 किला सीधी बिजाई हुई थी। जिस टाइम करोना का दौर सीगा ते लेबर की कमी आ गई सी ते उस तो अगले साल भी असी फिर मतलब कि जिवें पहला मैं 200 किया फिर 50 किले रह गए फिर 25 किले इस बार मैं जमा ही नहीं कर रहा जी। तो सुनया तुसी सीधी बिजाई नूं लैके इस किसान का की कहना है? इन्हें कहा कि मैं 2021 दे विच 200 किले के करीब है जी सीधी बिजाई की 2022 के 50 तो 25 किले रह गए हैं। तो हूँ इन्होंने कहा कि बिल्कुल सीधी बिजाई नहीं करते पर गल ये है भी सरकार का यह कहना है कि जो पानी का म्यार है धरती हेठला वो बहुत थले जा रहा है पानी माड़े भी हो रहे हैं इस करके जो किसानों कितने ना कितने सोचने लिए उन्होंने कहा भी मजबूर होना पेगा आने वाले समय के किसानों का ही फायदा किसानों का ही नुकसान होगा जेकर इस पास ना आने सीधी बिजाई वाले पास ना आने। हाँ जी हरमान साहब जिस तक पानी का सवाल है भी पानी का लैवल डाउन जा रहा है ये जो शायद सीधी बिजाई करके पानी का भी घाटा है पर जो असी तजर्बा किया 4-5 साल के जो पानी का यदा कोई फर्क नहीं गा उन्नी ही पानी इनू लगते हैं उन्ने ही दूजे झोने लगते हैं ये नालों ये बेहतर है भी जिवें 26 वरायटी है वह समा घट है वो इस झोने नालों घट्टो घट 1.5 महीना घट लेंदी है वो नाल पानी की साड़ी 30-35% बचत होंगी है। एक समा वो आ जाता जो बारिश शुरू हो जाती है जिमें अपन बासमती है 1847 है 1692 है वो भी जोड़ा समा बचता है तो किसान पानी का भी बचत होंगी है। दूजे नंबर पर एक पास सरकार ये कह रही है भी असी पानी का पद्धर थले जाने तो रोकना है तो झोना घट लाओ सीधी बिजाई करो दूजे पास साड़ियाँ जो पक्या नहर सरहद फीडर है इनू पक्का कर रही है ये थले कागज पा रही है जो पानी रीचार्ज थले होना है तो वह बंद कर रही है। मैं तुहानू एक दसना चाहना भी जे असी 20 साल भी लगातार झोना कद्दू करके जिवें भी ला लीए झोना है ही पानी की फसल है वो पानी की कोई बचत नहीं होनी पवन सीधी कर लो या दूजू कर लो सिर्फ सीधी बिजाई से यह है भी जोड़ा पानी है रीचार्ज हों थले तो जो कद्दू वाला झोना वह वाष्पीकरण उपर हो जाता है सिर्फ रीचार्ज करने बारे सीधी बिजाई कह रही है सरकार। दूजे पास जो कुदरती तौर पर नहर का पानी रीचार्ज थले हो रहा है वह सरकार बंद करने आई हुई है। जे मैं तुम दसदा भी जे साड़ियाँ हो रही मतलब सीधी बिजाई करने के जो दूजे झोने लाने पानी की खपत कोई असर नहीं पैना कोई फर्क नहीं पैना पानी सीधी जी साडा एरिया साडे एरिए सीधी बिजाई में पानी ज्यादा लगते है जी दूजे झोने नालों। हाँ साडे एरिए पानी ज्यादा लगते सिर्फ यदा एको ही है फंडा भी वो पानी रीचार्ज होंगे कद्दू वाले झोने रीचार्ज घट हों वाष्पीकरण वाद हों उ मैं तुम दस रहा भी जे साडा नहर पक्या हो गई और मोमी कागज पै गया उसने साडा 1 साल के ही उन्ना नुकसान कर देना उन्ना पानी रीचार्ज होने हट देना जिन्ना मतलब ये भी है जिम्मे हम तुम दस कुलविंदर जी फिर पंजाब सरकार खेतीबाड़ी विभाग में जोड़े एरिए वाइज इलाकों के देख के भी किस तरीके से जिम्मे तुम दसा साढ़े तो सीधी बिजाई में लैके जो सीधी बिजाई करते पानी ज्यादा भी खपत होंगी है घट होंगी एरिए हिसाब से फिर ग्राउंड से जाके जी गलबात करनी चाहिए उस हिसाब से लोगों को जागरूक करना चाहिए फिर किसानों ये आई है नहीं जिम्मे जे कुछ एरिए सीधी बिजाई कामयाब हैगी है जिते उन्होंने एरिया उसका सरकार को ज़्यादा जोर देना चाहिए। साडे एरिए हम वाटर लैवल 3 फुट से है जी जे अज वो नहर पक्या हो जाएगा तो अगले साल साडा पानी 10 फुट डाउन हो जाना है। जे असी झोना लाई जावे 10-20 साल भी लावे तो साडा हर साल कोई 6-7 इंच पानी डाउन होंगे एरिए तो एरिए वाइज ही सारा डिसाइड करना चाहिए। सरकार की कर दें ये थोप दें ये कह दें भी 0 ड्रिल ना बीजो सारे कह देंगे सुपर सीडर ना बीजो सारे एरिए कह देंगे सीधी बिजाई करो सारे एरिए कह देंगे ऐ नहीं हों गा एरिए तो एरिए कंसिडर करना चाहिए भी इस एरिए की डिमांड है इस एरिए की डिमांड है। साढ़े तो हूँ पानी का वाटर लैवल असी सू 20 साल हो गए झोना ला रहा तो साढ़ा तो वाटर लैवल उत्थे ही खड़ा है 1 इंच भी थले नहीं गया तो किसानों का यार झोने की खेती वगैरह जो फसल है ये बगैर गुजारा नहीं होंगे गा होर कोई खेती नहीं हो सकती। हाँ जी ये भी थोड़ा पॉइंट वधिया है ये जे साडे बजुर्ग खड़े आ थोड़े सामने खड़े आ जी ये जिहड़ा सानू सरकारां ने लाए झोने ते आप आ जी ये सानू हटाउणा नहीं चाहुंदियां हैगियां। साडे बजुर्ग गवारा पैदा करदे सी गन्ना पैदा करदे सी साडे इत्थे छोले हुंदे सीगे सरवां हुंदियां सीगियां ते सानू तां यूरिया धक्के नाल पा के जांदे रहे आ सानू पहलां धक्के नाल पेस्टीसाइड ते लाया कणक झोने ते लाया झोना फसल ही नहीं पंजाब दी जी ये तो उधर बंगाल दी फसल है ये साढ़े तो इन्होंने थोपिया। दूजे नंबर पर इन्हों का अन्न कितों पूरा होगा इस बार हम कणक इन्हों तो पूरी नहीं आई जो झोना पंजाब बंद कर देंगे बहुत वड्डी गल कही है इन्होंने कि सरकार ने खुद किसानों
झोने नाल झोना लगाउण वास्ते मजबूर किया है, झोने वाला जिहड़ा किसानां ते थोपी गई है फसल, इन्होंने बहुत वड्डा सवाल किया है। बापू जी साडे नाल है क्योंकि क्या है कि पिछले समय के झोना बिल्कुल नहीं लाउंदे हुंदे सी, की मानदे हो सर? नहीं जमा नहीं लाउंदे हुंदे झोना जमा भी, जिवें हुण उन्होंने कहा है कि सरकार ने मजबूर किया है, मानदे हो? मजबूर सानू रेहां पाउणे ने सिखाया, सानू रेह दा पता नहीं सी किवें पाईदी है, पहला 5-10 किलो 20 किलो मुड़ के 4-4 बोरियां थी, इन्हें सू सिखाया सारा लाना। नहीं तो हूँ फिर जो तुम हूँ जिम्मे वो कहें भी हर झोने की खेती छड़ दो होर कोई कर लो, हूँ साढ़े जो नरमा कहते सूडी नहीं मरती सी किसी, तो जे कोई वो ही फसल बीजते हैं सानू लेबर नहीं मिलती, ये जी फसल दोवें मशीनी युग समझ आती है, तो दूसरी फसल सानू सामने बहुत औखी है, कोई फसल करे कोई सब्जी ला ला जट न तड़ाई महंगी पीती है, तो तड़के पा कड़ा रेहड़ियों पा लेंगे, साढ़ा पा ही नहीं गा कोई सब्जी का पा है, साड़ा कोई भा नहीं सब्जी का, साड़ी तड़ाई नहीं मुड़ती सब्जी की लाने तो जी का साढ़े सब्जी साढ़े वाधू जी हो जाए को सू लेबर नहीं मिलती होकर के लेबर तुम की मानते हो फिर जो हम पंजाब सरकार ने कहा है कि झोने की सीधी बिजाई वाले पास किसान वो तो वाला ये जी वेखो इदों 10-15 साल पहला जो झोने गेते लगते सी उदों पानी का जिहड़ा लैवल से सानू खुद खूहियां बनाउणियां पै गईयां सी, पानी साढ़ा थले चलिया गया सी, हुण तुसीं जदों दी ये 20 तरीक जां 16 तरीक कीती है उदू बाद साढ़े तां सेम आउण दा खतरा बणिया खड़ा है, तुसीं झोना वढ़न वेले आ के वेख लिया जो कई थावां ते जो बारिश हो जाती है असीं चैनल वालियां मशीनां नाल झोना वढ़िया है, ये तुसीं सानू तां एरिया देखो कहिण दा भाव है थोड़े पानी दा फिर वाधू है कोई खपत तो नहीं, तुसीं तां खपत करनी चाहुंदे फिर जी, साडे तां समां गेता झोना लग गए सानू तां भी कोई दिक्कत नहीं जी, जिथे भी 16 तरीक कीती वी आ सानू तां भावें 10 तरीक दिन सानू वधिया जी, पानी की सानू तां लोड़ समां जिन्ना पानी लगेगा पानी साडा थले जावे जे तां पानी हैगा सानू दिक्कत आऊगी जी, जे सेम आ गई तां किन्नी मुश्किल हो जाणी है भी वेखो ना जी, लेबर से भी असर पैंदा कोई जे आपां झोने की सीधी बिजाई दी कह रहे हैं भी जे सीधी बिजाई ज्यादा हुंदी है तो लेबर से भी असर पऊगा, लेबर का उन्हां दा कम भी खत्म हुंदा, हाँ जी फिर लेबर वाले आप ही तुसीं वेख लो करनगे की जे आपां सारी दी सारी बिजाई सीधी करती झोना लाउण वाली जिहड़ी लेबर है की करनगे, पऊगा फर्क थोड़े ते कोई लेबर ते जे सीधी बिजाई हो जांदी पूरा पऊगा जी, की फर्क पऊगा ते फिर करांगे कि झोने ते बगैर होर दा सेज नहीं कोई नहीं साडे कोले कला झोने दा ही है, जिवें सरकार ने कहा कि वध तों वध सीधी बिजाई होनी चाहीदी है, नहीं कोई फायदा नहीं सीधी बिजाई दा जी, असीं गरीब मरी जावांगे ਤੁਸੀਂ ਤਾਂ ਮਾਰੇ ਜਾਓਗੇ ਤੇ ਪਰ ਜੇ ਪਾਣੀ ਥੱਲੇ ਜਾ ਉੜਿਆ ਉਹ ਵੀ ਮਾੜਾ ਹੋ ਗਿਆ ਤਾਂ ਫਿਰ ਸਾਰੇ ਹੀ ਮਾਰੇ ਜਾਓਗੇ, ਹਾਂਜੀ ਹਾਂਜੀ ਸਾਰੇ ਹੀ ਮਾਰੇ ਜਾਓਗੇ, ਇਹ ਤਾਂ ਹੈ ਜੀ, ਇਹ ਤਾਂ ਹੈ ਨਾ, ਫਿਰ ਸਿੱਧੀ ਬਿਜਾਈ ਜ਼ਰੂਰੀ ਹੈ ਕਿ ਤੁਹਾਡੀ ਲੇਬਰ ਜ਼ਰੂਰੀ ਹੈ? ਲੇਬਰ ਵੀ ਜ਼ਰੂਰੀ ਹੈ ਜੀ, ਅਸੀਂ ਕੀ ਕਰਾਂਗੇ ਫਿਰ, ਸਰਕਾਰ ਦੇ ਦੇ ਜੀ, ਹਾਂ ਜਾਣਾ ਸਰਕਾਰ ਸਾਨੂੰ ਪਾਲੇ, ਸਰਕਾਰ ਗਰੀਬਾਂ ਨੂੰ ਲੇਬਰ ਨੂੰ ਕੁਝ ਦੇ ਦੇ ਤੇ ਫਿਰ ਤਾਂ ਚਲੋ ਇਹਨਾਂ ਨੂੰ ਵੀ ਆ, ਹੁਣ ਕਹਿੰਦੇ ਨੇ ਕਿਸਾਨ ਨੇੜੇ ਕਿ ਰੱਬ ਨੇੜੇ ਆ, ਅੱਜ ਨੂੰ ਰੋਟੀ ਰਹਿੰਦੇ ਆ ਕੱਲ ਨੂੰ ਨਹੀਂ ਪੱਕਣੀ ਗੀ, ਪਾਣੀ ਦਾ ਤਾਂ 20 ਸਾਲਾਂ ਨੂੰ ਜਦੋਂ ਖਤਮ ਹੋਊਗਾ ਉਦੋਂ ਹੀ ਹੋਊਗਾ, ਤੇ ਹੁਣ ਦੱਸੋ ਵਿਚਾਰੇ ਕੀ ਕਰਨਗੇ, ਫਿਰ ਨਾਲੇ ਐ ਨਾ ਹੀ ਅਸੀਂ ਕਦੋਂ ਪਾਣੀ ਦਾ ਕਿਸਾਨ ਵੀ ਚਿੰਤਤ ਹੈ, ਅਸੀਂ ਵੀ ਚਾਹੁੰਦੇ ਹਾਂ ਵੀ ਪਾਣੀ ਬਚੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਬਚੇ, ਪਰ ਇੱਕ ਪਾਸੇ ਤੁਸੀਂ ਨਹਿਰਾਂ ਪੱਕੀਆਂ ਕਰਕੇ ਜਿਹੜਾ ਥੱਲੇ ਜਾ ਵਾਟਰ ਲੈਵਲ ਨੂੰ ਕੰਟਰੋਲ ਹੁੰਦਾ ਉਹ ਨਹੀਂ ਤੁਸੀਂ ਕਰਦੇ, ਦੂਜੇ ਨੰਬਰ 'ਤੇ ਇੱਧਰ ਤੁਸੀਂ ਕਹਿੰਦੇ ਆ ਵੀ ਕਿਸਾਨਾਂ ਨੂੰ ਕਹਿ ਰਹੇ ਵੀ ਧਰਤੀ 'ਚ ਪਾਣੀ ਵਾੜੋ, ਜਿਹੜਾ ਵੜ ਰਿਹਾ ਉਹਨੂੰ ਕਹਿੰਦੇ ਵੀ ਤੁਸੀਂ ਇਹਨੂੰ ਨਹੀਂ, ਅਸੀਂ ਸਾਰਾ ਰਾਜਸਥਾਨ 'ਚ ਭੇਜਣਾ, ਤੁਸੀਂ ਕੀ ਮੰਨਦੇ ਹੋ? ਜਿਹੜਾ ਪਾਣੀ ਦਾ ਲੈਵਲ ਹੈ ਜੀ ਇਹ ਏਰੀਆ ਤੋਂ ਏਰੀਆ ਡਿਪੈਂਡ ਕਰਦਾ ਜੀ, ਜਿਵੇਂ ਸਾਡਾ ਫਰੀਦਕੋਟ ਏਰੀਆ ਹੈ, ਸਾਡਾ ਪਿਪਲੀ ਵਿਲੇਜ ਹੈ ਜੀ, ਇੱਥੇ ਪਾਣੀ ਦਾ ਲੈਵਲ ਹੈ ਜਿਹੜਾ ਬਹੁਤ ਉੱਪਰ ਹੈ ਜੀ, 3.5-4 ਫੁੱਟ ਜਿਹੜਾ ਪਾਣੀ ਦਾ ਲੈਵਲ ਹੈ ਜੀ, ਲਾਸਟ ਈਅਰ ਕੀ ਹੋਇਆ ਜੀ ਇੱਥੇ ਜਦੋਂ ਝੋਨਾ ਪੱਕ ਗਿਆ ਵੱਢਣ ਦਾ ਟਾਈਮ ਸੀਗਾ, ਸਾਡੇ 5000 ਏਕੜ ਅਸੀਂ ਦਿੱਤਾ ਹੈ ਸਿਰਫ ਵਢਾਈ ਦਾ, ਕਿਉਂਕਿ 4x4 ਜਿਹੜੀ ਮਸ਼ੀਨ ਹੈ ਸਾਰੀਆਂ ਨੇ ਵੱਢਿਆ, ਸਰਕਾਰ ਵੱਲੋਂ ਕੋਈ ਹੈਲਪ ਨਹੀਂ ਕੀਤੀ, ਅਸੀਂ ਵੱਢ ਕੇ ਸੁਕਾ ਕੇ ਬਹੁਤ ਜ਼ਿਆਦਾ ਡਿਫੀਕਲਟੀ ਸਾਨੂੰ ਆਈ ਹੈ, ਸਾਡੇ ਦਾ ਪਾਣੀ ਦਾ ਲੈਵਲ ਹੀ ਇੰਨਾ ਉੱਪਰ ਆ ਗਿਆ ਜੀ, ਜੇ ਤੁਸੀਂ ਕਹਿੰਦੇ ਨਾ ਅਸੀਂ ਸਿੱਧੀ ਬਿਜਾਈ ਜਾਂ ਹੋਰ ਕੋਈ ਆਪਸ਼ਨ ਸਰਕਾਰ ਸਾਨੂੰ ਕੀ ਦੇ ਰਹੀ ਹੈ, ਆਪਣੇ ਗੰਨਾ ਮਿਲ ਸੀ ਫਰੀਦਕੋਟ ਦੇ ਵਿੱਚ ਤੁਸੀਂ ਉਹ ਪੱਟ ਕੇ ਲੈ ਗਏ, ਵਾਰੀ ਕਹਿੰਦੇ ਰਹੇ ਹੈ, ਹਜੇ ਤੱਕ ਜਿਹੜਾ ਗੰਨਾ ਮਿਲ ਦਾ ਪੈਸਾ ਹੈ ਲੋਕ ਕਿਸਾਨਾਂ ਨੂੰ ਹਜੇ ਤੱਕ ਵਾਪਸ ਨਹੀਂ ਆ, ਸਾਨੂੰ ਆਪ ਖੁਦ ਨੂੰ ਹਜੇ ਤੱਕ ਕੁਛ ਅਮਾਊਂਟ ਹੈ ਜਿਹੜੀ ਸਾਡੀ ਗੰਨਾ ਮਿਲ ਪੈਂਡਿੰਗ ਖੜੀ ਹੈ, ਤੁਸੀਂ ਸਾਨੂੰ ਅਪੋਰਚੁਨਿਟੀ ਦਿਓ, ਤੁਸੀਂ ਸਾਨੂੰ MSP ਤਾਂ ਦਿਓ ਕਿਸੇ ਚੀਜ਼ 'ਤੇ, ਠੀਕ ਹੈ ਹੁਣ ਕਣਕ ਹੈ ਝੋਨਾ ਹੈ ਇਹਦੇ ਉੱਪਰ ਕੀ ਹੈ ਕਿਸਾਨ ਨੂੰ ਜਿੰਨਾ ਕੁ ਕਿਸਾਨ ਹਰੇਕ ਕਿਸਾਨ ਦਾ ਸਰਕਲ ਹੈ ਉਹ ਆਪ ਦੇ ਅਕੋਰਡਿੰਗ ਹੁੰਦਾ, ਜਿਵੇਂ ਮੰਨ ਕੇ ਚੱਲਦਾ ਵੀ ਮੇਰੇ 80 ਮਨ ਝੋਨਾ ਹੋ ਗਿਆ, 50 ਮਨ ਕਣਕ ਹੋ ਗਈ ਜਾਂ ਜਿੰਨਾ ਵੀ 70 ਮਨ ਝੋਨਾ ਪਿਆ, ਉਹਦੇ ਅਕੋਰਡਿੰਗ ਸਾਰਾ ਆਪਦਾ ਬਜਟ ਬਣਾ ਕੇ ਚੱਲਦਾ ਹੈ, ਠੀਕ ਹੈ ਉਹਨੂੰ MSP ਦਾ ਪਤਾ ਵੀ ਇੰਨਾ ਕਿਆ ਚੱਲ ਕੋਈ 5-10 ਮਨ ਇੱਧਰ ਹੋਜੂ, ਜੇ ਕੋਈ ਹੋਰ ਫਸਲ ਬੀਜੂਗਾ ਉਹ ਦੱਸੋ ਆਪਦਾ ਪਰਿਵਾਰ ਕਿਸ ਤਰ੍ਹਾਂ ਉਹਦੀ ਪਲੈਨਿੰਗ ਕਰੂਗਾ, ਠੀਕ ਹੈ ਸੈਕਿੰਡ ਜੋ ਗਰੀਬ ਬੰਦੇ ਹੈ ਉਹਨਾਂ ਨੇ ਆਪਦਾ ਸਾਲ ਦਾ ਸਿਸਟਮ ਸੈੱਟ ਕਰਨਾ ਹੁੰਦਾ ਜੋ ਝੋਨੇ ਦੀ ਲਵਾਈ ਹੈ, ਠੀਕ ਹੈ ਕਈ ਵਾਰ ਚੱਲ ਠੀਕ ਹੈ ਜ਼ਿਆਦਾ ਹੋ ਜਾਂਦੀ ਘੱਟ ਹੋ ਜਾਂਦੀ ਕਿਸਾਨਾਂ ਦੇ ਵਿੱਚ ਤਾਂ ਥੋੜ੍ਹਾ ਜਿਹਾ, ਪਰ ਇੱਕ ਸੈਟਿੰਗ ਹੋਣੀ ਚਾਹੀਦੀ ਪ੍ਰੋਪਰ ਵੀ ਜੇ ਗਰੀਬ ਬੰਦਾ ਜੇ ਝੋਨੇ ਦੇ ਵਿੱਚੋਂ 4 ਪੈਸੇ ਕਮਾਉਂਦਾ ਲਵਾਈ ਦੇ ਵਿੱਚੋਂ ਉਹ ਆਪਦੇ ਬੱਚੇ ਕਿੱਥੋਂ ਪਾਲੂਗਾ, ਉਹਨੇ ਵੀ ਆਪਦੇ ਬੱਚਿਆਂ ਦੇ ਅੱਗੇ ਵਿਆਹ ਕਰਨੇ ਹੈ, ਸਾਰਾ ਕੁਛ ਜਿਹੜਾ ਹੈਗਾ ਇਹ ਕਿਸਾਨਾਂ ਦਾ ਮਜ਼ਦੂਰਾਂ ਦਾ ਮਿਲ ਵਰਤ ਕੇ ਸਾਰਾ
ਇਹ ਫਿਰ ਹੀ ਸਰਕਲ ਚੱਲਣਾ। ਹੁਣ ਜੇ ਅਸੀਂ ਝੋਨੇ ਦੀ ਲਵਾਈ ਕਹਿ ਰਹੇ ਹਾਂ, ਕਿੰਨੀਆਂ ਕੁ ਮਸ਼ੀਨਾਂ ਆਪਣੇ ਕੋਲ ਅਸੀਂ ਪਿੰਡਾਂ ਦੇ ਵਿੱਚ ਦੇ ਰਹੇ ਹਾਂ, ਕਿੰਨੇ ਕੁ ਜ਼ਿਆਦਾ ਤੁਸੀਂ ਜਿਹੜੇ ਪਿੰਡਾਂ ਦੇ ਵਿੱਚ ਮੇਲੇ ਕਰਾ ਰਹੇ, ਸ਼ਹਿਰਾਂ ਦੇ ਵਿੱਚ ਕਰਾ ਰਹੇ ਹਾਂ, ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਾਂ। ਇੱਕ ਤੁਸੀਂ ਆਫਿਸ ਦੇ ਵਿੱਚ ਬੈਠ ਕੇ ਸਾਰਾ ਕੁਛ ਵਰਕ ਕਰ ਰਹੇ ਹਾਂ, ਕਿੰਨੇ ਕੁ ਜ਼ਿਆਦਾ ਕੈਂਪ ਤੁਸੀਂ ਪਿੰਡਾਂ ਦੇ ਵਿੱਚ ਲਗਾ ਕੇ ਆ ਕੇ ਅਵੇਅਰਨੈਸ ਕੀਤੀ ਹੈ? ਕੋਈ ਤੁਸੀਂ ਚਾਰ ਕਨਾਲ ਦਾ, ਕੋਈ ਇੱਕ ਏਕੜ ਦਾ, ਇੱਕ ਪਿੰਡ ਦੇ ਵਿੱਚ ਵੀ ਤੁਸੀਂ ਟਾਰਗੇਟ ਕੀਤਾ ਵੀ ਅਸੀਂ ਕਿਸਾਨਾਂ ਨੂੰ ਲਾ ਕੇ ਦਿਖਾਈਏ, ਠੀਕ ਹੈ? ਉਹਦੇ ਨਾਲ ਖੇਤੀਬਾੜੀ ਵਿਭਾਗ ਦਾ ਕਹਿੰਦਾ ਸੀ ਲਗਾਤਾਰ ਜਿਹੜਾ ਕਿਸਾਨਾਂ ਦੇ ਨਾਲ ਸਾਡਾ ਰਾਬਤਾ ਕਾਇਮ ਹੈ, ਪਿੰਡ ਪਿੰਡ ਜਾ ਕੇ ਅਸੀਂ ਜਿਹੜਾ ਉਹਨਾਂ ਨੂੰ ਜਾਗਰੂਕ ਕਰ ਰਹੇ ਹਾਂ। ਤੁਸੀਂ ਸਰ ਸਾਨੂੰ ਇੱਕ ਪਿੰਡ ਵੀ ਦਿਖਾ ਦਿਓ ਜਿੱਥੇ ਇਹਨਾਂ ਨੇ ਇੱਕ ਏਕੜ ਦਾ ਵੀ ਟ੍ਰਾਇਲ ਲਗਾ ਕੇ ਦਿਖਾਇਆ ਹੋਈ, ਠੀਕ ਹੈ? ਤੁਸੀਂ ਸਰ ਸੀਨੀਅਰ ਪੱਤਰਕਾਰ ਹੋ, ਠੀਕ ਹੈ, ਜਰਨਲਿਸਟ ਹੋ, ਇੱਕ ਪਿੰਡ ਦਾ ਸਾਨੂੰ ਦਿਖਾ ਦਿਓ ਵੀ ਕਿੱਥੇ ਟ੍ਰਾਇਲ ਲੱਗਾ ਹੈ, ਕਿਹੜੇ ਵਿਲੇਜ ਦੇ ਵਿੱਚ ਇਹਨਾਂ ਨੇ ਇੱਕ ਏਕੜ ਦਾ ਵੀ ਟ੍ਰਾਇਲ ਲਾਇਆ, ਠੀਕ ਹੈ? ਉਹਦੇ ਨਾਲ ਕਿਸਾਨਾਂ ਨੂੰ ਅਵੇਅਰ ਕੀਤਾ ਜੀ। ਬਹੁਤ ਵੱਡੀ ਗੱਲ ਹੈ, ਇਹਨਾਂ ਨੂੰ ਕਹਿੰਦੇ ਆ ਜਿਹੜੇ ਜ਼ਮੀਨ ਦੇ ਨਾਲ ਜੁੜੇ ਕਿਸਾਨ ਹੈ, ਬਹੁਤ ਵੱਡੇ ਸਵਾਲ ਜਿਹੜੇ ਇਹਨਾਂ ਨੇ ਖੜੇ ਕੀਤੇ ਹੈ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ 'ਤੇ ਕਿ ਉਹ ਆ ਕੇ ਸਾਨੂੰ ਦੱਸਣ ਕਿ ਕਿਸਾਨਾਂ ਨੂੰ ਤੁਸੀਂ ਕਿੱਥੇ ਜਾਗਰੂਕ ਕਰ ਰਹੇ ਹਾਂ। ਦੂਜੀ ਗੱਲ ਮੈਂ ਇਹ ਕਹਿਣਾ ਚਾਹੂੰਗਾ, ਜਿਵੇਂ ਹੁਣ ਤੁਸੀਂ ਕਿਹਾ ਕਿ ਪਾਣੀ ਦਾ ਲੈਵਲ ਜਿਹੜਾ ਸਾਡੇ ਉੱਪਰ ਹੈ, ਪਾਣੀ ਜਿਹੜਾ ਪੀਣ ਵਾਲਾ ਤੁਸੀਂ ਕਿੱਥੋਂ ਪੀਂਦੇ ਹੋ? ਪਾਣੀ ਦਾ ਅਸੀਂ ਜਿਹੜਾ ਲੈਵਲ ਹੈ, ਦੇਖੋ ਸਾਡੇ ਜਿਹੜਾ ਪਾਣੀ ਦਾ ਲੈਵਲ ਆ ਬਹੁਤ ਕਾਫੀ ਜ਼ਿਆਦਾ ਉੱਪਰ ਹੈ ਜੀ। ਅਸੀਂ ਜਿੰਨੇ ਵੀ ਇੱਥੇ ਬੈਠੇ ਹਾਂ, ਠੀਕ ਹੈ, ਸਾਡੇ ਨਹਿਰ ਦਾ ਪਾਣੀ ਬਹੁਤ ਘੱਟ ਹੈ ਆਮ ਏਰੀਏ ਦੇ ਨਾਲੋਂ, ਠੀਕ ਹੈ? ਪਰ ਜਿੰਨਾ ਵੀ ਹੈਗਾ ਅਸੀਂ ਆਪਦੇ ਕੋਈ 8-8, 10-10 ਮਰਲੇ ਦੇ ਪਲਾਟ ਬਣਾਏ ਹੋਏ ਹੈ, ਅਸੀਂ ਨਹਿਰ ਦਾ ਪਾਣੀ ਡਿਸਚਾਰਜ ਕਰਦੇ ਨੀਚੇ ਜਾਂਦਾ ਹੈ, ਉਹਦੇ ਵਿੱਚ ਅਸੀਂ 5-10 ਫੁੱਟ ਬੋਰ ਕਰਕੇ ਉਸ ਤੋਂ ਬਾਅਦ ਅਸੀਂ ਆਪਦੇ ਅੱਗੇ ਜਾ ਕੇ ਆਰ ਓ ਸਿਸਟਮ ਲਗਾਈ ਹੈ, ਠੀਕ ਹੈ, ਉਹਦੇ ਨਾਲ ਪਾਣੀ ਦਾ ਪੀਣਾ। ਜੇ ਤੁਸੀਂ ਝੋਨਾ ਹੀ ਲਾਈ ਜਾਓਗੇ, ਝੋਨੇ ਦੇ ਪਾਣੀ ਦੀ ਖਪਤ ਕਰੀ ਜਾਓਗੇ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਲੈਵਲ ਉੱਪਰ ਤਾਂ ਫਿਰ ਥੱਲੇ ਜਾਊ, ਪਾਣੀ ਮਾੜੇ ਵੀ ਹੋਣਗੇ, ਪੀਣ ਵੱਲੋਂ ਵੀ ਤਰਸ ਜਾਓਗੇ। ਤੁਸੀਂ ਕੋਈ ਸਾਡਾ 10 ਸਾਲ ਦਾ ਪੁਰਾਣਾ ਡਾਟਾ ਚੱਕ ਕੇ ਦੇਖੋ, 10 ਸਾਲ ਪਹਿਲਾਂ ਸਾਡੇ 7-7, 8-8 ਫੁੱਟ, 10-10 ਫੁੱਟ ਖੂਹੀਆਂ ਚਲੀਆਂ ਗਈਆਂ ਸੀਗੀਆਂ, ਠੀਕ ਹੈ, ਜਦੋਂ 11 ਝੋਨਾ ਲੱਗਦਾ ਹੁੰਦਾ ਸੀਗਾ ਜੀ। ਜਦੋਂ ਦਾ 11 ਝੋਨਾ ਬੰਦ ਹੋ ਗਿਆ, ਠੀਕ ਹੈ, ਬਿਜਾਈ ਥੋੜ੍ਹੀ ਲੇਟ ਹੋ ਗਈ। ਹੁਣ ਸਾਡਾ ਪਾਣੀ ਦਾ ਇੱਧਰ ਸਾਹਮਣੇ ਪੌਂਡ ਆ, ਉੱਥੇ ਜਾ ਕੇ ਦੇਖ ਲਓ ਸਾਡਾ 3-4 ਫੁੱਟ ਦੇ ਉੱਪਰ ਪਾਣੀ ਹੈ। ਜਦੋਂ ਝੋਨਾ ਚਾ ਜੇ ਬਾਰਿਸ਼ ਜ਼ਿਆਦਾ ਹੋ ਜਾਂਦੀ ਹੈ ਸਾਨੂੰ ਤਾਂ ਟੈਨਸ਼ਨ ਹੋ ਜਾਂਦੀ ਵੀ ਵੱਢਾਂਗੇ ਕਿਵੇਂ, ਠੀਕ ਹੈ, ਕਿਉਂਕਿ ਕੋਈ ਮਸ਼ੀਨ ਤਾਂ ਚੱਲਦੀ ਨਹੀਂ ਗੀ, 4x4 ਹੈ ਜਾਂ ਅਸੀਂ ਦੂਜੀਆਂ ਚੇਨ ਵਾਲੀ ਮਸ਼ੀਨ ਲੈ ਕੇ ਆਉਂਦੇ, ਉਹ ਝੋਨਾ ਸਾਡੇ ਵੱਢਦੀ ਹੈ। ਸਾਡਾ ਤਾਂ ਪਾਣੀ ਸੇਮ ਆ ਰਹੀ ਸਰ ਉੱਪਰ ਨੂੰ, ਸਾਡਾ ਲੈਵਲ ਨੀਚੇ ਨਹੀਂ ਜਾ ਰਿਹਾ, ਸਾਡੇ ਉੱਪਰ ਨੂੰ ਸੇਮ ਆ ਰਹੀ ਹੈ। ਉਹੀ ਤੁਹਾਨੂੰ ਮੈਂ ਕਹਿੰਦਾ, ਇੱਕ ਵਾਰੀ ਆ ਕੇ ਤੁਸੀਂ ਦੇਖੋ ਤਾਂ ਸਹੀ ਏਰੀਆ ਵਾਈਜ਼ ਵੀ ਕਿੱਥੇ ਕਿੱਥੇ ਪਾਣੀ ਲੱਗਦਾ। ਇਹ ਜਿਹੜਾ ਵਾਟਰ ਲੈਵਲ ਦੀ ਗੱਲ ਕਰ ਰਹੇ ਹਾਂ ਨਹੀਂ, ਜਿੱਥੇ ਫੂਸਾ ਝੋਨਾ ਲੱਗਦਾ, ਤੁਸੀਂ ਉਸ ਏਰੀਏ 'ਚ ਆਪ ਜਾਓ, ਮਹਿਕਮੇ ਨੂੰ ਵੀ ਪਤਾ ਸਾਰੀ ਗੱਲ ਦਾ, ਉੱਥੇ 100-150 ਫੁੱਟ ਪਾਣੀ ਡੂੰਘਾ ਜਿੱਥੇ ਫੂਸਾ ਝੋਨਾ ਲੱਗ ਰਿਹਾ। ਜਿੱਥੇ 26 ਲੱਗ ਰਿਹਾ ਬਾਸਮਤੀ ਲੱਗਦੀ ਹੈ, ਉੱਥੇ ਵਾਟਰ ਲੈਵਲ ਨੂੰ 1% ਵੀ ਫਰਕ ਨਹੀਂ ਪੈ ਰਿਹਾ। ਇਹ ਸਰਕਾਰਾਂ ਇਸ ਗੱਲ 'ਤੇ ਸਟੱਡੀ ਨਹੀਂ ਕਰ ਰਹੀਆਂ ਹੈਗੀਆਂ। 26 ਝੋਨਾ ਹੈ, ਬਾਸਮਤੀ ਹੈ, ਜਿਹੜਾ ਟਾਈਮ ਘੱਟ ਲਵੇ, ਜਿੰਨਾ ਲੇਟ ਲੱਗੇ, ਜਿੰਨਾ ਸੌਣ ਭਾਦੋਂ 'ਚ ਲੱਗੇ, ਉਹ ਵਾਟਰ ਲੈਵਲ ਦੇ 1% ਦਾ ਫਰਕ ਨਹੀਂ ਪੈਂਦਾ ਗਾ। ਇਹ ਤਾਂ ਕਿਸੇ ਨੇ ਬਸ ਉੱਥੇ ਬੈਠੇ ਨੇ ਰੌਲਾ ਪਾ ਲੈਂਦੇ ਵੀ ਪਾਣੀ ਪਤਾ ਨਹੀਂ ਕਿਹੜੇ ਬਹੁਤ ਜ਼ਿਆਦਾ ਉਹ ਆ ਜਾਂਦੇ ਆ ਵੀ ਪਾਣੀ ਐਂ ਹੋ ਗਿਆ ਉਹ ਹੋ ਗਿਆ। ਚਲੋ ਤੁਸੀਂ ਇਹ ਦਿੱਕਤਾਂ ਜਿਹੜੀਆਂ ਦੱਸੀਆਂ ਬਾਸਮਤੀ ਝੋਨੇ ਦਾ ਸਾਰਾ ਦੱਸਤਾ ਵੀ ਕਿੰਨਾ ਪਾਣੀ ਦੀ ਖਪਤ, ਕਿਹੜੇ ਜ਼ਿਆਦਾ ਹੁੰਦੀ, ਕਿਹੜੇ 'ਚ ਘੱਟ ਹੁੰਦੀ ਹੈ। ਜਿਵੇਂ ਹੁਣ ਤੁਸੀਂ ਦੱਸਿਆ 26 ਝੋਨਾ ਲਾਵਾਂਗੇ ਤਾਂ ਉਹਦੇ ਨਾਲ ਬਹੁਤ ਫਾਇਦਾ ਹੋਊਗਾ, ਠੀਕ ਹੈ। ਜੇਕਰ ਗੱਲ ਕਰੀਏ ਸਰਕਾਰ ਦੀ, ਜਿਹੜਾ ਬੈਨੀਫਿਟ ਸਰਕਾਰ ਨੇ ਦਿੱਤਾ ਹੈ ਉਹਦੇ ਨਾਲ ਕੋਈ ਕਿਸਾਨਾਂ ਨੂੰ ਫਰਕ ਪੈਂਦਾ ਹੈ ਜਾਂ ਨਹੀਂ ਪੈਂਦਾ? ਜਿਵੇਂ ਉਹਨਾਂ ਨੇ ਕਿਹਾ 1500 ਪ੍ਰਤੀ ਏਕੜ ਅਸੀਂ ਦੇਵਾਂਗੇ, ਪਿਛਲੀ ਵਾਰ ਕੀ ਹੋ ਸਕਦਾ, ਕਈ ਵਾਰੀ ਜੇ ਹੁਣ ਆਪਾਂ ਬਜ਼ਾਰ ਜੇ ਇਸ ਵਾਰ ਜੇ ਘੱਟਦੀ ਹੈ ਤਾਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਨਾ ਆਏ ਹੋਣ ਜਾਂ ਹੋਰ ਕੋਈ ਅਜਿਹੀਆਂ ਦਿੱਕਤਾਂ ਨਹੀਂ ਕੋਈ? ਨਹੀਂ, ਪੈਸੇ ਤਾਂ ਜੀ ਆਏ ਆ ਵੀ ਆਪਾਂ ਪਿਛਲੀ ਵਾਰ ਵੀ ਤੁਹਾਨੂੰ ਦੱਸਿਆ ਸੀ ਵੀ ਪੈਸੇ ਦੇ ਲਾਲਚ ਨੂੰ ਕਿਸਾਨ ਨਹੀਂ ਬੀਜਦਾ, 1500 ਦੇ ਲਾਲਚ ਨੂੰ ਜੇ ਆਪਾਂ ਕਹੀਏ ਵੀ ਹੋ ਜੂਗੀ, ਚਲੋ ਹੈਲਪ ਹੋ ਜਾਂਦੀ ਆ ਕਿਸਾਨਾਂ ਦੀ, ਸਰਕਾਰ ਨੂੰ ਵਧੀਆ ਉਪਰਾਲਾ ਵੀ ਚਲੋ ਕੀਤਾ ਇਹਨਾਂ ਨੇ ਅਤੇ ਪੈਸੇ ਆਏ ਵੀ ਆ, ਕੁਛ ਕਿਸਾਨਾਂ ਦੇ ਆਏ ਵੀ ਆ, ਸਾਡੇ ਪਿੰਡ ਵੀ ਇੱਕ ਕਿਸਾਨ ਦੇ ਪੈਸੇ ਆਏ ਆ। ਅਤੇ ਬਾਕੀ ਜਿਹੜੀ ਗੱਲ ਹੈਗੀ ਆ, ਇਹਨਾਂ ਨੇ ਬਿਜਲੀ ਵਗੈਰਾ ਵੀ ਦਿੱਤੀ ਆ ਸਰਕਾਰ ਨੇ, ਇਸ ਵਾਰ ਨਹਿਰਾਂ ਵੀ ਛੱਡੀਆਂ, ਬਿਜਲੀ ਵੀ ਦਿੱਤੀ ਹੈ। ਜਿਹੜੀ ਗੱਲ ਕਹਿਣ ਵਾਲੀ ਆ ਉਹ ਹੈ, ਠੀਕ ਹੈ, ਪਰ ਇਹਦੇ ਨਾਲ ਕੋਈ ਉਹ ਪਰਮਾਨੈਂਟ ਹੱਲ ਨਹੀਂ ਗਾ। ਸਿੱਧੀ ਬਿਜਾਈ ਜੇ ਕਹੀਏ, ਝੋਨਾ ਹੈ ਹੀ ਪਾਣੀ ਦੀ ਫਸਲ ਹੈ ਜੀ, ਝੋਨਾ ਪਾਣੀ ਬਿਨਾਂ ਹੋ ਨਹੀਂ ਸਕਦਾ। ਇਹਨੂੰ ਇੰਨਾ ਵੀ ਘੱਟ ਟਾਈਮ ਵਾਲੀਆਂ ਵਰਾਇਟੀਆਂ ਕਰ ਲਓ, ਲੇਟ ਕਰ ਲਓ, ਇਹ ਬੱਚਤ ਹੋ ਸਕਦੀ ਹੈ। ਜੇ ਕਹਾਂਗੇ ਪਾਣੀ ਬਿਨਾਂ ਝੋਨਾ ਕਰ ਲਾਂਗੇ, ਹਾਂ ਇਹ ਹੈ, ਸਰਕਾਰ ਚਾਹੇ ਸ਼ੂਗਰ ਮਿਲ ਚਲਾ ਦੇ। ਬਿਲਕੁਲ, ਮੈਂ ਉਸੇ ਗੱਲ 'ਤੇ ਆਉਣ ਲੱਗਾ ਜੀ, ਅਤੇ ਜੇਕਰ ਇਹ ਸ਼ੂਗਰ ਮਿਲ ਚੱਲਦੀ ਹੈ ਤਾਂ ਲੱਗਦਾ ਹੈ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਝੋਨੇ ਦੀ ਜਿਹੜੀ ਬਜ਼ਾਂ ਦਾ ਬਿਲਕੁਲ ਘੱਟ ਜੂਗੀ। ਹਾਂਜੀ, ਸ਼ੂਗਰ ਮਿਲ ਚੱਲ ਪਏ, ਪੇਮੈਂਟ ਸਮੇਂ ਸਿਰ ਹੋਣ ਲੱਗ ਜੇ ਅਤੇ ਅੱਧਾ ਏਰੀਆ ਝੋਨੇ ਦਾ ਜਿਹੜਾ ਘੱਟ ਕੇ ਸਿੱਧਾ ਗੰਨੇ ਥੱਲੇ ਜਾ ਵੜੂਗਾ ਜੀ। ਉਹਦੇ ਨਾਲ ਗਰੀਬਾਂ ਨੂੰ ਵੀ ਪੂਰਾ ਫਾਇਦਾ ਜੀ, ਲੇਬਰ ਨੂੰ ਵੀ ਫਾਇਦਾ, ਸਾਰਾ ਉਹਦੇ ਨਾਲ ਸਾਰਾ ਸਿਸਟਮ ਹੀ ਸੈੱਟ ਹੁੰਦਾ। ਪਰ ਸਰਕਾਰ ਨਹੀਂ ਚਾਹੁੰਦੀ ਚਲਾਉਣਾ ਉਹਨੂੰ। ਇਹ ਜਦੋਂ ਸਰਕਾਰ ਓਪੋਜੀਸ਼ਨ 'ਚ ਹੁੰਦੀ ਆ ਉਦੋਂ ਸਾਰੇ ਉੱਥੇ ਧਰਨੇ ਵੀ ਲਾਉਂਦੇ ਆ ਵੀ ਅਸੀਂ ਚਲਾਵਾਂਗੇ, ਕਹਿ ਕੇ ਵੀ ਆਉਂਦੇ ਆ, ਪਰ ਜਦੋਂ ਸਰਕਾਰ ਬਣ ਜਾਂਦੀ ਉਦੋਂ ਉਸ ਪਾਸੇ ਕੋਈ ਧਿਆਨ ਨਹੀਂ ਦਿੰਦਾ। ਅੱਜ ਸ਼ੂਗਰ ਮਿਲ ਚੱਲ ਪਏ ਸਾਡਾ, ਤੁਸੀਂ ਇੱਥੇ ਦੇਖ ਲਿਓ ਜੋ ਅੱਧਾ, ਨਾਲੇ ਪੱਕੀ ਫਸਲ ਆ ਜੀ, ਨਾ ਉਹਦੇ ਕੋਈ ਗੜੇ ਮਾਰੀ ਆ ਸਰਕਾਰ ਦੀ, ਨਾ ਜ਼ਿਆਦਾ ਮੀਂਹ ਆ ਸਰਕਾਰ ਦਾ।
ਉਹਦੇ ਵਿੱਚ ਸਾਡਾ ਜ਼ਿਮੀਂਦਾਰਾਂ ਦਾ ਬਹੁਤ ਫਾਇਦਾ ਹੋਊਗਾ ਜੀ। ਹੋਰ ਕੋਈ ਤੁਹਾਡੇ ਵੱਲੋਂ ਕੋਈ ਸਲਾਹ ਮਸ਼ਵਰਾ ਜਿਹੜਾ ਪੰਜਾਬ ਸਰਕਾਰ ਤੱਕ ਜਿਹੜਾ ਪਹੁੰਚਦਾ ਹੋ ਜੀ? ਹਾਂਜੀ, ਸਾਡਾ ਜੀ ਸਰਕਾਰ ਨੂੰ ਇਹੀ ਅਪੀਲ ਹੈ ਵੀ ਜਿਹੜਾ ਹੈਗਾ ਇਹ ਕੁਦਰਤ ਨੇ ਜਿਹੜੀ ਧਰਤੀ ਬਣਾਈ ਹੈ, ਕੁਦਰਤੀ ਚੀਜ਼ ਆ ਇਹ, ਹਰ ਏਰੀਏ ਟੂ ਏਰੀਆ ਡਿਪੈਂਡ ਕਰਦਾ, ਹਰ ਏਰੀਏ ਟੂ ਏਰੀਆ ਪਲੈਨਿੰਗ ਹੋਣੀ ਚਾਹੀਦੀ ਹੈ ਕਿੱਥੇ ਕਿਹੜੀ ਚੀਜ਼ ਕਿਹੜੀ ਫਸਲ ਹੋ ਸਕਦੀ ਹੈ। ਜੇ ਤੁਸੀਂ ਸਾਡੇ ਫਰੀਦਕੋਟ ਦੇ ਇੱਥੇ ਆਪਣੇ ਖੇਤੀਬਾੜੀ ਦਫ਼ਤਰ ਜਾ ਕੇ ਵੀ ਪੁੱਛੋ, ਉਹ ਕਹਿਣਗੇ ਵੀ ਫਰੀਦਕੋਟ ਦਾ ਏਰੀਆ ਸਿੱਧੀ ਬਿਜਾਈ ਹੇਠਾਂ ਨਹੀਂ ਆ ਸਕਦਾ, ਕਿਉਂਕਿ ਇਹ ਜ਼ਮੀਨ ਹੀ ਅਲਾਓ ਨਹੀਂ ਕਰਦੀ। ਇਸ ਤਰ੍ਹਾਂ ਜਿਹੜਾ ਏਰੀਆ ਆਉਂਦਾ ਉੱਥੇ ਤੁਸੀਂ ਉਸ ਚੀਜ਼ ਨੂੰ ਕਰੋ। ਬਾਕੀ ਦੂਜੇ ਨੰਬਰ 'ਤੇ ਸਰਕਾਰਾਂ ਦੇ ਵੀ ਕਈ ਵਾਰੀ ਡਬਲ ਬਿਆਨ ਹੋ ਜਾਂਦੇ ਆ, ਜਿਵੇਂ ਹੁਣ ਇੱਕ ਪਾਸੇ ਕਹਿੰਦੇ ਆ ਵੀ ਪਾਣੀ ਥੱਲੇ ਰੀਚਾਰਜ ਕਰੋ, ਇੱਕ ਪਾਸੇ ਨਹਿਰਾਂ ਪੱਖੀਆਂ ਕਰਕੇ ਉਹ ਜਿਹੜਾ ਜਾਂਦਾ ਉਹ ਰੋਕ ਰਹੇ ਆ, ਇੱਕ ਪਾਸੇ ਭਗਵੰਤ ਮਾਨ ਸਾਹਿਬ ਕਹਿੰਦੇ ਆ ਵੀ ਅਸੀਂ ਜਵਾਕਾਂ ਨੂੰ ਬਾਹਰੋਂ ਇੱਥੇ ਲਿਆਵਾਂਗੇ, ਇੱਕ ਪਾਸੇ ਇਹਨਾਂ ਦੇ ਮੰਤਰੀ ਸਾਹਿਬ ਕਹਿੰਦੇ ਵੀ ਅਸੀਂ ਆਈਲੈਟਸ ਕਰਾਵਾਂਗੇ। ਉਹ ਸਰਕਾਰ ਨੂੰ ਥੋੜ੍ਹਾ ਜਿਹਾ ਵੀ ਆਪਣੇ ਆਪ ਰਾਇ ਕਰਕੇ ਵੀ ਆਪਾਂ ਕਿਹੜੀ ਦਿਸ਼ਾ ਵੱਲ ਜਾਣਾ, ਜੇ ਉਹ ਸਾਰੀ ਸੈਟਿੰਗ ਕਰਕੇ ਚੱਲਣਗੇ ਤਾਂ ਮੇਰੇ ਹਿਸਾਬ ਨਾਲ ਰੰਗਲਾ ਪੰਜਾਬ ਜਿਵੇਂ ਆਪਣੇ ਮੁੱਖ ਮੰਤਰੀ ਸਾਹਿਬ ਕਹਿੰਦੇ ਬਣ ਸਕਦਾ। ਪਰ ਉਹ ਜੇ ਇੱਕ ਦਿਨ ਬਿਆਨ ਹੋਰ ਆ ਅਤੇ ਅਗਲੇ ਦਿਨ ਹੀ ਆਪਦੇ ਬਿਆਨ ਦਾ ਹੀ ਉਹ ਦੂਜਾ ਬਿਆਨ ਆ ਜਾਂਦਾ, ਅਤੇ ਉਹ ਪਲੈਨਿੰਗ ਕੀ ਚੱਲਦੀ ਹੋਊਗੀ ਉਹ ਤਾਂ ਮੈਨੂੰ ਸਮਝ ਤੋਂ ਪਰੇ ਆ। ਜਿਵੇਂ ਹੁਣ ਆਪਾਂ ਗੱਲ ਕਰੀਏ ਕਿਸਾਨਾਂ ਨੂੰ ਜ਼ਿਆਦਾਤਰ ਆ ਜਿਹੜੀ ਬਿਜਲੀ ਦੀ ਲੋੜ ਪੈਂਦੀ ਹੈ ਖੇਤੀ ਦੇ ਵਿੱਚ, ਮੋਟਰਾਂ ਜਿਹੜੀਆਂ ਚਲਾਉਣੀਆਂ ਹੁੰਦੀਆਂ, ਬਿਜਲੀ ਨੂੰ ਲੈ ਕੇ ਬਿਜਲੀ ਇਸ ਸਰਕਾਰ ਦੇ ਵਿੱਚ ਬਿਜਲੀ ਪੂਰੀ ਮਿਲਦੀ ਹੈ? ਦੂਜੀ ਆਪਾਂ ਕੱਸੀਆਂ ਦੇ ਪਾਣੀ ਦੀ ਗੱਲ ਕਰੀਏ, ਕੱਸੀ ਦਾ ਪਾਣੀ ਮਿਲਦਾ ਹੈ? ਕਿਉਂਕਿ ਪਿਛਲੇ ਦਿਨ ਤੁਸੀਂ ਇੱਕ ਭਗਵੰਤ ਮਾਨ ਦੀ ਪੋਸਟ ਵੀ ਦੇਖੀ ਹੋਣੀ, ਉਹਦੇ ਵਿੱਚ ਇੱਕ ਕਿਸਾਨ ਕਹਿ ਰਿਹਾ ਮੈਂ ਤਾਂ 20-25 ਸਾਲ ਤੋਂ ਬਾਅਦ ਪਹਿਲੀ ਵਾਰ ਮੈਂ ਕਿਸੇ ਜਿਹੜਾ ਕੱਸੀ ਦੇ ਪਾਣੀ ਦੇ ਨਾਲ ਆਪਦੀ ਪਨੀਰੀ ਬੀਜ ਰਿਹਾ, 25 ਸਾਲਾਂ ਬਾਅਦ ਪਹਿਲੀ ਵਾਰ ਕੱਸੀ ਦਾ ਪਾਣੀ ਲਾ ਰਿਹਾ, ਕਿਵੇਂ ਦੇਖਦੇ ਹੋ? ਇਹਦੇ ਵਿੱਚ ਐਂ ਨਾ ਜੀ, ਜਿਹੜਾ ਪਿਛਲੇ ਸਾਲ ਜਿਹੜਾ ਅਸੀਂ ਝੋਨਾ ਲਾਇਆ ਸੀਗਾ ਸਾਨੂੰ ਬਿਜਲੀ ਸਹੀ ਮਿਲੀ ਆ ਜੀ, ਜੋ ਸਹੀ ਗੱਲ ਹੈ, ਸਹੀ 8 ਘੰਟੇ ਲਾਈਟ ਆਈ ਹੈ। ਚਲੋ ਉਹਦੇ 'ਚ ਕੋਈ ਬਾਰਿਸ਼ ਵੀ ਹੋ ਗਈ ਜਾਂ ਕੁਛ ਵੀ ਕਹਿ ਲਓ, ਕੁਦਰਤ ਨੇ ਵੀ ਸਾਥ ਦਿੱਤਾ ਵੀ ਬਿਜਲੀ ਪੂਰੀ ਆਈ ਹੈ, ਨਹਿਰੀ ਪਾਣੀ ਵੀ ਤਕਰੀਬਨ ਪੂਰਾ ਆਇਆ। ਜਿਹੜੀ ਉਹ ਪਹਿਲੀ ਵਾਰੀ ਪਾਣੀ ਨਾਲ, ਉਹ ਵੀ ਮੈਨੂੰ ਵੀ 15-20 ਸਾਲ ਹੋ ਗਏ, ਮੇਰੀ 35-40 ਸਾਲ ਦੀ ਉਮਰ ਹੈ, ਅਸੀਂ ਵੀ ਐਤਕੀ ਪਨੀਰੀ ਨੂੰ ਪਹਿਲੀ ਵਾਰੀ ਨਹਿਰ ਦਾ ਪਾਣੀ ਲਾਇਆ, ਨਹੀਂ ਤਾਂ ਮੋਟਰਾਂ ਦਾ ਹੀ ਲਾਉਂਦੇ ਰਹੇ ਅੱਜ ਤੱਕ, ਪਹਿਲੇ ਨਹਿਰ ਦੀ ਪਾਣੀ ਨਾਲ ਬੀਜੀ ਆ, ਉਹ 'ਚ ਕੋਈ ਸ਼ੱਕ ਨਹੀਂ ਗਾ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਪਾਣੀ ਇਸ ਵਾਰ ਨਹਿਰ ਦਾ ਵੀ ਆਇਆ ਅਤੇ ਬਿਜਲੀ ਵੀ ਆਈ ਹੈ, ਇਹ ਗੰਦਾ ਪਾਣੀ ਛੱਡਦੇ ਜਿਹੜਾ ਕਿਰਾਂ ਇਹ ਜੁਪਰੀ ਦੀਆਂ ਬਿਜਲੀ ਐਤਕੀ ਪਾਣੀ ਵਧੀਆ ਆ, ਉਹ ਤਾਂ ਸੋਚਿਆ ਨਹੀਂ ਪਾਣੀ ਤਾਂ ਆਉਂਦਾ, ਪਾਣੀ ਗੰਦਾ ਆਉਂਦਾ ਸੀ ਉਹ, ਕੱਸੀ ਦਾ ਪਾਣੀ ਹੈ। ਹਾਂ, ਪੱਕੀਆਂ ਨਹਿਰਾਂ ਜਮ੍ਹਾਂ ਗੰਦਾ ਪਾਣੀ ਆਉਂਦਾ ਜੀ, ਮੱਛੀਆਂ ਵਿੱਚ ਮਰ ਜਾਂਦੀਆਂ ਸੀ, ਮੱਛੀ ਮਰਦੀ ਨਹੀਂ ਜੇ ਪਾਣੀ ਗੰਦਾ, ਉਦੋਂ ਮਰਦੀ। ਲੁਧਿਆਣੇ ਸ਼ਹਿਰ ਤਾਂ ਛੱਡੀ ਜਾਂਦੇ ਸੀ ਸੀਵਰੇਜ ਦਾ, ਕਿਤੇ ਕਿਤੇ ਮੰਨਦੇ ਹੋ ਤੁਸੀਂ ਯਾਨੀ ਕਿ ਸਰਕਾਰ ਚੰਗਾ ਕੰਮ ਵੀ ਕਰ ਰਹੀ ਹੈ? ਬਿਲਕੁਲ ਬਿਲਕੁਲ ਚੰਗਾ ਜੀ, ਐਤਕੀ ਜਿਵੇਂ ਕੋਈ ਸ਼ੱਕ ਵਾਲੀ ਗੱਲ ਨਹੀਂ ਇਹਦੇ 'ਚ, ਦੋ ਰਿਹਾ ਨਹੀਂ, ਪੈਸੇ ਵੀ ਆਏ ਆ ਜੀ। ਬਿਲਕੁਲ, ਇਹਨਾਂ ਨੇ ਪਿਛਲੇ ਸਾਲ ਮੂੰਗੀ ਬੀਜੀ ਸੀਗੀ ਅਤੇ ਇਹਨਾਂ ਨੇ ਜੇ ਸਰਕਾਰ ਨੇ ਕਿਹਾ ਸੀ 1,000 ਰੁਪਇਆ ਕਿੱਲੇ ਮਗਰ ਦੇਵਾਂਗੇ, ਇਹਨਾਂ ਨੂੰ ਮੂੰਗੀ ਦੇ ਪੈਸੇ ਵੀ ਆਏ ਆ। ਤੁਸੀਂ ਇਹਨਾਂ ਨੂੰ ਤੁਸੀਂ ਜਿਵੇਂ ਝੋਨੇ ਦੀ ਖੇਤੀ ਕੀਤੀ ਸੀਗੀ, ਤੁਹਾਡੇ ਝੋਨੇ ਦੀ ਖੇਤੀ ਦੇ ਜਿਵੇਂ ਹੁਣ 1,500 ਰੁਪਈਆ ਆਏ ਆ ਤੁਹਾਡੇ ਖਾਤਿਆਂ ਦੇ ਵਿੱਚ? ਸਾਡੇ ਜੀ ਮੇਰੇ ਨਹੀਂ ਆਏ ਗਏ, ਮੈਂ ਤਾਂ ਆਪਾਂ ਇਹਨਾਂ ਦੇ ਕੋਈ ਪੋਰਟਲ ਵਗੈਰਾ ਦਾ ਰੱਖਿਆ ਸੀ ਸਿਸਟਮ, ਆਪਾਂ ਉਹ ਨਹੀਂ ਉੱਥੇ ਅਪਲੋਡ ਕਰ ਸਕੇ। ਪਿੰਡ ਦੇ ਵਿੱਚ ਸਾਡੇ ਇੱਕ ਕਿਸਾਨ ਨੇ ਕੀਤਾ ਸੀ, ਉਹਨੂੰ ਆਏ ਆ ਜੀ ਵੈਸੇ, ਉਹਨੂੰ 1,500 ਯਾਨੀ ਕਿ ਹੋਰ ਕੋਈ ਦਿੱਕਤ ਨਹੀਂ ਗੀ, ਕਿਸੇ ਤਰੀਕੇ ਦੀ ਕੋਈ ਦਿੱਕਤ ਨਹੀਂ ਗੀ? ਯਾਨੀ ਕਿ ਤੁਹਾਡਾ ਤਾਂ ਇਹੀ ਮੰਨਣਾ ਕਿ ਬਾਸਪਤੀ ਅਤੇ ਦੂਜੇ ਝੋਨੇ ਦੇ ਨਾਲ ਕੋਈ ਪਾਣੀ ਦੀ ਖਪਤ ਦਾ ਜ਼ਿਆਦਾ ਫਰਕ ਨਹੀਂ ਪੈਂਦਾ? ਜੇਕਰ ਖਪਤ ਤਾਂ ਬਚਾਉਣੀ ਚਾਹੁੰਦੇ ਆ ਪਾਣੀ ਨੂੰ, ਤਾਂ ਤੁਹਾਡਾ ਮੰਨਣਾ ਹੈ ਕਿ ਜਿਹੜੇ ਬੀਜ ਆ ਵਰਾਇਟੀਆਂ ਲਿਆਉਂਦੀਆਂ ਜਾਣ, ਹੋਰ ਚੰਗੀਆਂ ਵਰਾਇਟੀਆਂ ਲਿਆਉਂਦੀਆਂ ਜਾਣ? ਇਸ ਗੱਲ 'ਤੇ ਸਰਕਾਰ ਨੂੰ ਕਹਿੰਦੇ ਆ ਵੀ ਘੱਟ ਤੋਂ ਘੱਟ ਸਮੇਂ ਵਾਲੀਆਂ ਵਰਾਇਟੀਆਂ ਲਿਆਓ, ਜਿਹੜਾ ਘੱਟ ਤੋਂ ਘੱਟ ਸਮੇਂ ਵਿੱਚ ਪੱਕ ਜੇ ਅਤੇ ਜਿੰਨਾ ਲੇਟ ਲੱਗ ਜੇ ਉਹ ਫਾਇਦਾ ਹੀ ਆ, ਕਿਸਾਨ ਇਸ ਪ੍ਰਤੀ ਜਾਗਰੂਕ ਆ ਜੀ। ਜੇ ਕਹੀਏ ਨਾ ਵੀ ਕਿਸਾਨ ਪਾਣੀ ਨੂੰ ਲੈ ਕੇ ਜਾਂ ਪਰਾਲੀ ਨੂੰ ਲੈ ਕੇ ਸਾਰੇ ਪਾਸੇ ਜਾਗਰੂਕ ਹੈ, ਬਸ ਸਿਰਫ ਕਿਸਾਨਾਂ 'ਤੇ ਜਦੋਂ ਹਰ ਚੀਜ਼ ਥੋਪ ਦਿੰਦੇ ਆ ਉਦੋਂ ਸਮੱਸਿਆ ਆ ਜਾਂਦੀ ਹੈ, ਜਦੋਂ ਵਿੱਚ ਆਪਣਾ ਉਸ ਵਿੱਚ ਅੰਡਰਸਟੈਂਡਿੰਗ ਨਹੀਂ ਹੁੰਦੀ ਗੀ। ਜਦੋਂ ਆਪਾਂ ਏਰੀਆ ਵਾਈਜ਼ ਗੱਲ ਕਰਾਂਗੇ, ਜਦੋਂ ਸਾਰਾ ਸਿਸਟਮ ਨਾਲ ਹੋਊਗਾ ਤਾਂ ਕਿਸਾਨ ਵੀ ਸਾਥ ਦੇਣਗੇ, ਕਿਸਾਨ ਆਪ ਨੂੰ ਕਿਸਾਨਾਂ ਨੂੰ ਵੀ ਪਤਾ ਵੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਵੀ ਚਾਹੀਦਾ, ਹਵਾ ਵੀ ਚਾਹੀਦੀ, ਸਾਰਾ ਕੁਛ। ਇੱਕ ਤਾਂ ਹੁਣ ਤੁਹਾਡਾ ਰੱਬ ਵੀ ਹੱਕ ਦੇ ਵਿੱਚ ਹੈ, ਕਿਉਂਕਿ ਹੁਣ ਜਿਹੜਾ ਤੁਹਾਨੂੰ ਵੈਸੇ ਵੀ ਰੌਣੀ ਕਰਨੀ ਪੈਣੀ ਸੀਗੀ, ਕਿਉਂਕਿ ਆਹ ਜਿਹੜਾ ਨਦੀਨ ਨਾਸ਼ਕ ਹੈ ਪਹਿਲਾਂ ਉੱਗਰ ਜਾਣਾ, ਇਹਨੂੰ ਫਿਰ ਵਾਹ ਲੈਂਦੇ ਆਉਣਾ, ਨਦੀਨ ਨਾਸ਼ਕ ਹੈ ਜਿਹੜੇ ਉੱਗਰੇ ਆਏ, ਇਹ ਮੀਂਹ ਪਿਆ ਕਰਕੇ ਤਾਂ ਹੀ ਉੱਗਰੇ, ਨਹੀਂ ਰੌਣੀ ਕਰਨੀ ਪੈਣੀ ਸੀ, ਪਾਣੀ ਦੀ ਬੱਚਤ ਹੈ ਕਿ ਪਰਮਾਤਮਾ ਨੇ ਵੀ ਕਰਵਾਤੀ। ਇਹ ਵੀ ਮੈਂ ਤੁਹਾਨੂੰ ਦੱਸਦਾ ਜੀ ਵੀ ਜਿਹੜੀ ਇਹ ਬਾਰਿਸ਼ ਹੈ ਇਹ ਸਿੱਧੀ ਬਿਜਾਈ ਵਾਸਤੇ ਤਾਂ ਬਹੁਤ ਹੀ ਜ਼ਿਆਦਾ ਖਤਰਨਾਕ ਹੈ। ਹਾਂ, ਇਹ ਸਾਡੀ ਜਿਹੜੀ ਬਹੁਤ ਵੱਡਾ ਇੱਕ ਇਹ ਵੀ ਸਵਾਲ ਇਹਨਾਂ ਦਾ ਨੋਟ ਕਰਨ ਵਾਲਾ ਹੈ, ਕਿਉਂਕਿ ਜਿਹੜਾ ਇਹ ਮੀਂਹ ਪਿਆ ਸਿੱਧੀ ਬਿਜਾਈ ਵਾਸਤੇ, ਇਹਨਾਂ ਨੇ ਕਿਹਾ ਕਿ ਘਾਤਕ ਹੈ, ਕਿਉਂ ਘਾਤਕ ਹੈ ਇਹ ਵੀ ਦੱਸ ਦਿਓ। ਮੈਂ ਤੁਹਾਨੂੰ ਦੱਸਦਾ ਜੀ ਵੀ ਜਿਹੜੀ ਸਰਕਾਰ ਹੈ ਜਿਹੜੀ ਯੂਨੀਵਰਸਿਟੀ ਆ ਉਹ ਸਾਨੂੰ ਕਹਿ ਰਹੀ ਵੀ ਤਾਰ ਬੱਤਰ ਵਾਲੀ ਬਿਜਾਈ ਬੀਜੋ। ਤਾਰ ਬੱਤਰ ਦਾ ਮਤਲਬ ਇਹ ਆ ਵੀ ਰੌਣੀ ਕਰਕੇ ਉਹ 'ਤੇ ਤੁਸੀਂ ਬਿਜਾਈ ਕਰ ਦਿਓ, ਉਸ ਬਿਜਾਈ 'ਤੇ ਜਿਵੇਂ ਹੁਣ 2-3 ਦਿਨ ਤੋਂ ਮੀਂਹ ਪੈ ਰਿਹਾ ਹੈ ਤਾਂ ਇੱਕ ਵੀ ਦਾਣਾ ਝੋਨੇ ਦਾ ਨਹੀਂ ਉੱਗਰਨਾ। ਹਾਂ, ਸਾਡੇ ਕੱਦੂ ਵਾਲੇ ਝੋਨੇ ਨੂੰ ਦੂਜੇ ਝੋਨੇ ਨੂੰ ਇਹ ਬਹੁਤ ਲਾਹੇਵੰਦ ਹੈ, ਇਸ ਕਰਕੇ ਜਿਹੜਾ ਨੇ ਦੋ ਚਾਰ ਬੰਦਿਆਂ ਦੀ ਪਲੈਨਿੰਗ ਵੀ ਸੀ ਹੁਣ ਸਿੱਧੀ ਬਿਜਾਈ ਕਰਨ ਦੀ, ਉਹਨਾਂ ਨੇ
ਤੁਸੀਂ ਬਹੁਤ ਵਧੀਆ ਜਿਹੜੇ ਸਵਾਲ ਆ ਜਿਹੜੇ ਸਰਕਾਰ ਦੇ ਸਾਹਮਣੇ ਆਪਣੀਆਂ ਗੱਲਾਂ ਰੱਖੀਆਂ, ਕੋਈ ਤੁਹਾਡੇ ਵੱਲੋਂ ਕੋਈ ਤੁਹਾਡੇ ਮਨ ਦੇ ਵਿੱਚ ਹੋਰ ਹੋਵੇ ਕੋਈ ਮਸ਼ਵਰਾ, ਸਲਾਹ ਮਸ਼ਵਰਾ ਜਿਹੜਾ ਸਰਕਾਰ ਦੇ ਸਾਹਮਣੇ ਜਾਂ ਖੇਤੀਬਾੜੀ ਵਿਭਾਗ ਦੇ ਸਾਹਮਣੇ ਰੱਖਣਾ ਚਾਹੁੰਦੇ? ਬਸ ਆਹੀ ਹੈ ਜੀ, ਇਸ ਵਾਰ ਜਿਵੇਂ ਸਾਡਾ ਏਰੀਆ ਠੀਕ ਹੈ ਜੀ, ਸਾਡੇ ਜ਼ਿਲ੍ਹੇ ਦੇ 15-20 ਪਿੰਡ ਹੈ ਜੀ, ਜ਼ਿਆਦਾ ਪਿੰਡ ਕੀ ਕਰ ਰਹੇ ਆ ਸਾਰਿਆਂ ਨੇ, ਕਿਸਾਨਾਂ ਨੇ ਆਪਦੇ ਬੱਚਿਆਂ ਦੇ ਲਈ ਬਹੁਤ ਚਿੰਤਾ ਠੀਕ ਹੈ, ਕਿਉਂਕਿ ਸਾਡੇ ਏਰੀਏ ਦੇ ਵਿੱਚ ਕਾਫੀ ਕੈਂਸਰ ਵੀ ਹੈ ਠੀਕ ਹੈ, ਕਾਫੀ ਜ਼ਿਆਦਾ ਬਿਮਾਰੀਆਂ ਠੀਕ ਹੋ ਚੁੱਕੀਆਂ। ਪਰ ਹੁਣ ਕੀ ਹੈ ਸਾਡੇ ਜਿਵੇਂ ਐਤਕੀ ਤੁਸੀਂ ਇੱਕ ਮਹੀਨੇ ਬਾਅਦ ਆਉਣਾ, ਉਦੋਂ ਵੀ ਤੁਹਾਨੂੰ ਜਿਹੜਾ ਸਾਡੀ 70% 26 ਝੋਨੇ ਦੀ ਬਿਜਾਈ ਸਾਡੇ ਏਰੀਏ ਦੇ ਵਿੱਚ ਹੋ ਰਹੀ ਹੈ ਠੀਕ ਹੈ। ਪਰ ਇਹੀ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਵੀ ਇੱਕ ਤਾਂ ਸਿਸਟਮ ਜਿਹੜਾ ਸਰਕਾਰ ਨੂੰ ਥੋੜ੍ਹਾ ਸੁਧਾਰਨਾ ਚਾਹੀਦਾ ਹੈ, ਜਿਹੜਾ ਬਿਜਲੀ ਮਹਿਕਮਾ ਹੈ, ਨੋ ਡਾਊਟ ਬਿਜਲੀ 8 ਘੰਟੇ ਆ ਰਹੀ ਹੈ, ਉਹਦੇ ਵਿੱਚ ਜਿਹੜੀ ਇੰਪਲੋਇਮੈਂਟ ਹੈ ਉਹ ਬਿਜਲੀ ਮਹਿਕਮੇ ਦੇ ਵਿੱਚ ਕਰਨੀ ਚਾਹੀਦੀ ਹੈ। ਤੁਸੀਂ ਉਹ ਨਿਗਾਹ ਮਾਰੋ ਜੋ ਖੰਭੇ ਹੈ ਡਿੱਗੇ ਹੈ, ਕੋਈ ਵੀ ਲਾਈਨ ਦੇਖ ਲਓ ਠੀਕ ਹੈ, ਜਦੋਂ ਕੋਈ ਹਨੇਰੀ ਆਉਂਦੀ ਹੈ ਠੀਕ ਹੈ 12-14, 15-16 ਘੰਟੇ ਤੱਕ ਕੋਈ ਲਾਈਟ ਨਹੀਂ ਆਉਂਦੀ, ਪ੍ਰਾਈਵੇਟ ਬੰਦੇ ਲੈ ਕੇ ਅਸੀਂ ਆਪਦਾ ਸਿਸਟਮ ਕਰਦੇ ਹਾਂ ਠੀਕ ਹੈ। ਥੋੜ੍ਹਾ ਸਰਕਾਰ ਨੂੰ ਇਹਨਾਂ ਚੀਜ਼ਾਂ ਵੱਲ ਧਿਆਨ, ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਹੈਗੀਆਂ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਹੋਰ ਤੁਹਾਡਾ ਫਾਇਦਾ। ਹਾਂਜੀ ਹਾਂਜੀ, ਮੇਨ ਮਰਗੀ ਇੰਪਲੋਇਮੈਂਟ ਇੱਧਰ ਕਰੋ ਤੁਸੀਂ ਵੀ ਜਿਵੇਂ ਤਾਂ ਕਿ ਕਿਸਾਨਾਂ ਨੂੰ ਝੋਨੇ ਵੇਲੇ ਕੋਈ ਦਿੱਕਤ ਨਾ ਆਵੇ, ਅਤੇ ਬਾਕੀ ਜਿਹੜੀਆਂ ਵੀ ਫਸਲਾਂ ਤੁਸੀਂ ਕਹਿ ਰਹੇ ਹੈ, ਮੂੰਗੀ ਹੈ, ਮੱਕੀ ਹੈ, ਕੋਈ ਫਸਲ ਹੈ, ਸਾਡੀਆਂ ਜ਼ਮੀਨਾਂ ਜਿਹੜੇ ਕਿਸਾਨ ਹੈ ਹਰ ਤਰ੍ਹਾਂ ਦੀ ਫਸਲ ਆਪਦੀ ਧਰਤੀ ਦੇ ਵਿੱਚ ਉਗਾ ਸਕਦੇ ਹੈ, ਪਰ ਸਾਨੂੰ MSP ਦਿੱਤੀ ਜਾਵੇ ਜੋ ਤੁਸੀਂ ਸਾਨੂੰ ਗਰੰਟੀ ਕੀਤੀ ਸੀ ਵੀ ਅਸੀਂ ਹਰੇਕ ਫਸਲ 'ਤੇ ਗਰੰਟੀ ਦੇਵਾਂਗੇ। ਅਸੀਂ ਕਹਿੰਦੇ ਨਹੀਂ ਵੀ ਹਰੇਕ ਫਸਲ, ਚੱਲ ਤੁਸੀਂ ਹਜੇ ਨਹੀਂ ਦੇਣ ਦੇ ਵਿੱਚ ਸਾਨੂੰ ਘੱਟੋ ਘੱਟ 8-10 ਫਸਲਾਂ ਹੀ ਕਹਿ ਦਿਓ ਵੀ ਅਸੀਂ ਉਹਨਾਂ 'ਤੇ MSP ਦੇਵਾਂਗੇ, ਕਿਸਾਨ ਉਹਨਾਂ ਵੱਲ ਵੀ ਜਾ ਸਕਦੇ ਹੈ। ਜਿਵੇਂ ਤੁਸੀਂ ਗੰਨੇ ਦੀ ਗੱਲ ਕੀਤੀ ਹੈ, ਅਸੀਂ ਸਾਰੇ ਖੇੜਾ ਕਿਸਾਨ ਕਹਿੰਦੇ ਹਾਂ, ਸਾਡਾ 50% ਅਸੀਂ ਆਪ ਗੰਨਾ ਲਾਉਂਦੇ ਰਹੇ ਆਪਦੀ ਟੋਟਲ ਜ਼ਮੀਨ ਦੇ ਵਿੱਚੋਂ ਠੀਕ ਹੈ। ਪਰ ਪ੍ਰੋਬਲਮ ਕਿੱਥੇ ਆਈ ਸੀ, ਸਾਨੂੰ ਇੱਥੋਂ ਫਰੀਦਕੋਟ ਗੰਨਾ ਮਿਲ ਸੀ, ਕਦੇ ਸਾਨੂੰ ਜੀਰੇ ਜਾਣਾ ਪੈਂਦਾ ਸੀ, ਕਦੇ ਫਰੀਦਕੋਟ ਤੋਂ ਅਸੀਂ ਬਹੁਤ ਜ਼ਿਆਦਾ ਉਦੋਂ ਖਰਾਬ ਹੋਏ, ਪੈਸੇ ਲਓ ਬਹੁਤ ਜ਼ਿਆਦਾ ਦਿੱਕਤਾਂ ਆਈਆਂ। ਸਰਕਾਰ ਕੀ ਕਰੇ ਵੀ ਇੱਕ ਸਾਨੂੰ ਸ਼ੂਗਰ ਕੇਨ ਇੱਥੇ ਮਿਲ ਚਲਾ ਦੇਵੇ ਤਾਂ ਕਿ ਕਿਸਾਨ ਜਿਹੜੇ ਉਹ ਗੰਨੇ ਵੱਲ ਉਤਸ਼ਾਹਿਤ ਹੋਣ, ਅਤੇ ਨਾਲੇ ਗੰਨੇ ਦੀ ਫਸਲ ਕੀ ਹੈ, ਪੱਕੀ ਫਸਲ ਹੈ ਠੀਕ ਹੈ। ਪਹਿਲੇ ਸਾਲ ਤਾਂ ਗੰਨੇ ਦੇ ਨਾਲੇ ਹੋਰ ਫਸਲ ਹੀ ਬੀਜੀ ਜਾਂਦੀ, ਉਦੋਂ ਬਾਅਦ 2 ਸਾਲ ਗੰਨਾ ਆਪਾਂ ਨੂੰ ਦੇ ਜਾਂਦਾ ਜੀ। ਕਿਸਾਨ ਡਾਈਵਰਸੀਫਿਕੇਸ਼ਨ ਚਾਹੁੰਦਾ ਹੈ ਠੀਕ ਹੈ, ਵੀ ਅਸੀਂ ਹੋਰ ਫਸਲ ਵੱਲ ਜਾਈਏ, ਪਰ ਜੇ ਸਰਕਾਰਾਂ ਦਾ ਨੇਕ ਇਰਾਦਾ ਹੋਵੇ ਫਿਰ ਹੀ ਅਸੀਂ ਜਾ ਸਕਦੇ ਹਾਂ, ਉਸ ਤੋਂ ਬਿਨਾਂ ਨਹੀਂ। ਧੰਨਵਾਦ, ਬਹੁਤ ਬਹੁਤ ਧੰਨਵਾਦ। ਤਾਂ ਕਹਿਣਾ ਚਾਹੁੰਦੇ ਕੁਝ? ਨਹੀਂ ਠੀਕ ਹੈ, ਬਹੁਤ ਵਧੀਆ ਗੱਲਾਂ ਕੀਤੀਆਂ ਮੁੰਡੇ ਨੇ। ਹਾਂ ਠੀਕ ਹੈ, ਬਹੁਤ ਬਹੁਤ ਧੰਨਵਾਦ। ਤਾਂ ਸੁਣਿਆ ਤੁਸੀਂ, ਕਿਉਂਕਿ ਅੱਜ ਕੱਲ੍ਹ ਦੀ ਗੱਲ ਕਰੀਏ, ਜੇ ਆਪਾਂ ਪਿਛਲੇ ਦੌਰ ਦੀ ਗੱਲ ਕਰੀਏ ਤਾਂ ਆਪਾਂ ਵਾਕਈ ਕਹਿ ਸਕਦੇ ਹਾਂ ਕਿ ਕਿਸਾਨ ਥੋੜ੍ਹੇ ਜਿਹੇ ਉਹਨਾਂ ਨੂੰ ਤਕਨੀਕੀ ਦੇ ਬਾਰੇ ਵਿੱਚ ਕੋਈ ਵੀ ਨੌਲੇਜ ਨਹੀਂ ਹੁੰਦੀ ਸੀਗੀ, ਅਨਪੜ੍ਹ ਹੁੰਦੇ ਸੀ, ਅਤੇ ਪਰ ਹੁਣ ਜਿਹੜੇ ਕਿਸਾਨ ਹੈ ਬਿਲਕੁਲ ਜਿਹੜੇ ਉਹ ਪੜ੍ਹੇ ਲਿਖੇ ਨੇ, ਬੜੀਆਂ ਵਧੀਆ ਗੱਲਾਂ ਕੀਤੀਆਂ ਨੇ ਇਹਨਾਂ ਨੇ, ਸਰਕਾਰ ਦੇ ਸਾਹਮਣੇ ਆਪਦਾ ਪੱਖ ਰੱਖਿਆ ਕਿ ਕੀ ਕਿਸਾਨਾਂ ਨੂੰ ਦਿੱਕਤਾਂ ਆਉਂਦੀਆਂ ਹੈ, ਕਿ ਜੇਕਰ ਸਰਕਾਰ ਕਹਿ ਰਹੀ ਹੈ ਕਿ ਸਿੱਧੀ ਬਿਜਾਈ ਕਰੋ, ਸਿੱਧੀ ਬਿਜਾਈ ਕਰਨ ਦੇ ਨਾਲ ਉਨਾ ਫਾਇਦਾ ਨਹੀਂ ਹੋਣਾਗਾ ਜਿੰਨਾ ਇਹਨਾਂ ਨੇ ਦੱਸਿਆ, ਕਿ ਜੇਕਰ ਤੁਸੀਂ ਵਰਾਇਟੀਆਂ ਜਿੰਨਾਂ ਥੋੜ੍ਹੇ ਟਾਈਮ ਦੇ ਵਿੱਚ ਜਿਹੜੀਆਂ ਪੱਕਦੀਆਂ ਉਹ ਵਰਾਇਟੀਆਂ ਅੱਗੇ ਲੈ ਕੇ ਆਵੋਗੇ, ਵੱਧ ਤੋਂ ਵੱਧ ਅਪਰੂਵਡ ਕਰੋਗੇ, ਉਹਦੇ ਨਾਲ ਫਾਇਦਾ ਹੋਊਗਾ ਕਿਸਾਨਾਂ ਨੂੰ, ਉਹਦੇ ਨਾਲ ਪਾਣੀ ਦੀ ਬੱਚਤ ਹੋਊਗੀ। ਤਾਂ ਨਾਲ ਹੀ ਇਹਨਾਂ ਨੇ ਕਿਹਾ ਕਿ ਜੇਕਰ ਸ਼ੂਗਰ ਮਿੱਲ ਹੈ ਫਰੀਦਕੋਟ ਦੀ ਚੱਲ ਜਾਂਦੀ ਹੈ, ਕਿਉਂਕਿ ਜੇ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਜਿਵੇਂ ਇਹਨਾਂ ਨੇ ਦੱਸਿਆ ਕਿ 50% ਦੇ ਕਰੀਬ ਅਸੀਂ ਆਪਦੀ ਜਿਹੜੀ ਗੰਨੇ ਦੀ ਖੇਤੀ ਕਰਦੇ ਸੀਗੇ ਉਹਦੇ ਬਹੁਤ ਫਾਇਦੇ ਹੁੰਦੇ ਸੀਗੇ, ਜੇਕਰ ਸ਼ੂਗਰ ਮਿੱਲ ਚੱਲਦੀ ਹੈ ਤਾਂ ਸਾਡੇ ਏਰੀਏ ਦੇ ਵਿੱਚ ਜਿਹੜਾ 70-80% ਹੈ ਜਿਹੜਾ ਝੋਨਾ ਜਿਹੜਾ ਲੱਗਣਾ ਖਤਮ ਹੋਊਗਾ, 70-80% ਹੈ ਜਿਹੜੀ ਗੰਨੇ ਦੀ ਇੱਥੇ ਕਾਸ਼ਤ ਜਿਹੜੀ ਹੋ ਜਾਵੇਗੀ। ਤਾਂ ਇਹਨਾਂ ਨੇ ਬਹੁਤ ਕਾਫੀ ਗੱਲਾਂ ਜਿਹੜੀਆਂ ਹੈਗੀਆਂ ਗਰਾਊਂਡ ਲੈਵਲ ਤੋਂ ਜਿਹੜੀਆਂ ਸਰਕਾਰ ਦੇ ਸਾਹਮਣੇ ਰੱਖੀਆਂ। ਤਾਂ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਦੂਜੀ ਗੱਲ ਇੱਕ ਵੱਡੀ ਇਹਨਾਂ ਨੇ ਗੱਲ ਇਹ ਕਹੀ ਹੈ ਕਿ ਸਰਕਾਰ ਜਿਹੜੀ ਕੰਮ ਕਰ ਰਹੀ ਹੈ ਬਹੁਤ ਕਰ ਰਹੀ ਹੈ ਵਾਕਈ। ਜੇਕਰ ਇਹਨਾਂ ਨੇ ਨਾਲੇ ਵੀ ਕਿਹਾ ਕਿ ਜੇ ਪਿਛਲੇ ਦਿਨੀ ਜਿਹੜੀ ਇੱਕ ਪੋਸਟ ਪਾਈ ਸੀ ਮੁੱਖ ਮੰਤਰੀ ਪੰਜਾਬ ਵੱਲੋਂ ਕਿ ਕਿਸੇ ਕਿਸਾਨ ਨੇ ਪਹਿਲੀ ਵਾਰ ਆ ਜਿਹੜਾ ਕੱਸੀ ਦੇ ਪਾਣੀ ਦੇ ਨਾਲ ਜਿਹੜੀ ਪਨੀਰੀ ਬੀਜੀ ਹੈ, ਤਾਂ ਇਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਪਾਣੀ ਕੱਸੀਆਂ ਦਾ ਵਿੱਚ ਜ਼ਰੂਰ ਆਉਂਦਾ ਸੀ, ਨਹਿਰਾਂ ਦੇ ਵਿੱਚ ਆਉਂਦਾ ਸੀ, ਪਰ ਉਹ ਪਾਣੀ ਬਹੁਤ ਮਾੜਾ ਅਤੇ ਗੰਦਾ ਪਾਣੀ ਆਉਂਦਾ ਸੀ, ਇਸ ਕਰਕੇ ਅਸੀਂ ਜਿਹੜੀ ਉਹ ਆਪਦੀ ਫਸਲ ਦੇ ਵਿੱਚ ਯੂਜ਼ ਨਹੀਂ ਕਰਦੇ ਸੀ। ਤਾਂ ਇਸ ਵਾਰ ਇਹਨਾਂ ਨੇ ਇਹ ਵੀ ਮੰਨਿਆ ਕਿ ਅਸੀਂ ਵੀ ਜਿਹੜਾ ਕੱਸੀ ਦੇ ਪਾਣੀ ਦੇ ਨਾਲ ਪਨੀਰੀਆਂ ਬੀਜੀਆਂ ਅਤੇ ਨਾਲ ਬਿਜਲੀ ਦੀ ਜਿਹੜੀ ਖਪਤ ਹੈ ਜਾਂ ਬਿਜਲੀ ਹੈ ਜਿਹੜੀ ਉਹ ਵੀ ਪ੍ਰੋਪਰ ਤਰੀਕੇ ਦੇ ਨਾਲ ਇਹਨਾਂ ਨੂੰ ਵਧੀਆ ਮਿਲਦੀ ਹੈ। ਕਿਤੇ ਨਾ ਕਿਤੇ ਸਰਕਾਰਾਂ ਦੀ ਸਰਾਹਣਾ ਵੀ ਕੀਤੀ ਹੈ ਅਤੇ ਕਿਤੇ ਨਾ ਕਿਤੇ ਜਿਹੜਾ ਸਰਕਾਰ ਦੇ ਸਾਹਮਣੇ ਇਹਨਾਂ ਨੇ ਆਪਦਾ ਸਲਾਹ ਮਸ਼ਵਰਾ ਆਪਦਾ ਪੱਖ ਵੀ ਰੱਖਿਆ ਕਿ ਸਰਕਾਰ ਗਰਾਊਂਡ ਲੈਵਲ 'ਤੇ ਜਾ ਕੇ, ਜਿਵੇਂ ਹੁਣ ਇੱਕ ਵੀਰ ਨੇ ਕਿਸਾਨ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਦੱਸਿਆ ਕਿ ਜੇਕਰ ਕੋਈ ਵੀ ਖੇਤੀਬਾੜੀ ਵਿਭਾਗ ਦਾ ਜਿਹੜਾ ਉਹਨਾਂ ਨੇ ਕਿਸਾਨਾਂ ਨੂੰ ਅਵੇਅਰ ਕਰਨਾ ਤਾਂ ਉਹਨਾਂ ਦੇ ਕੋਲ ਜਾ ਕੇ ਕਿਸ ਤਰੀਕੇ ਦੇ ਕਰਨਾ ਹੈ, ਕਿਸਾਨਾਂ ਦੇ ਪੱਖ ਜਾਣੇ ਜਾਣ ਅਤੇ ਕਿਸਾਨਾਂ ਨੂੰ ਆਪਣੇ ਪੱਖ ਉਹਨਾਂ ਦੇ ਸਾਹਮਣੇ ਰੱਖੇ ਜਾਣ, ਉਹ ਜ਼ਰੂਰ ਜਿਹੜਾ ਖੇਤੀਬਾੜੀ ਵਿਭਾਗ ਦੇ ਸਾਹਮਣੇ ਵੀ ਇਹਨਾਂ ਨੇ ਜਿਹੜੇ ਕਾਫੀ ਆਪਦੇ ਪੱਖ ਰੱਖੇ ਆ। ਤਾਂ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਇਹਨਾਂ ਕਿਸਾਨਾਂ ਦੀ, ਕਿਉਂਕਿ ਜੇ ਆਪਾਂ ਇਹਨਾਂ ਨੇ ਜਿਵੇਂ ਗੱਲ ਕੀਤੀ ਹੈ ਕਿ ਸਾਡਾ ਜਿਹੜਾ ਪਾਣੀ ਦਾ ਲੈਵਲ ਉੱਪਰ ਹੈ, ਤਾਂ ਇਹਨਾਂ ਦੇ
पिपली तो गुरजीत सिंह रमाणा की रिपोर्ट D5 चैनल पंजाबी फरीदकोट। निडर हां, निरपक्ष रहांगे, आजाद हां, सच कहांगे, गल करांगे सियासी हवा दी, होणगे हुकमराना नूं सिद्धे सवाल, सब तो पहलां पहुंचावांगे तुहाडे तक सिर्फ सच्ची खबर, दसांगे कौन कर रहा है थोड़े ते सफर, विदेशां च बैठे पंजाबियां दे हक दी करांगे गल, कैनेडा दी हर सियासी खबर लेके आवांगे तुहाडे वल, उभरांगे पंजाब दी आवाज बन के, होणगे हर पहलू ते रोज चर्चे, खोलांगे अंदरूनी राज, बणांगे बुलंद आवाज, खेड सिक्ख्या सेहत खेती दी बात पावांगे, हर पिंड हर शहर जावांगे, मनोरंजन नाल जुड़े कलाकारां नाल करवावांगे मुलाकात, संघर्षां वाली जिंदगी ते मारांगे चाल, की ने साडे कानून फर्ज ते अधिकार, की करदी है साडी सरकार, की है तुहाडी मुश्किल दा हल, D5 चैनल पंजाबी दी कचहरी च होवेगी सिर्फ लोकां दी गल, धर्म धरोहर सेहत और संस्कृति की होगी बात, अब D5 चैनल हिंदी भी होगा सर, D5 चैनल पंजाबी, अपनी धरती अपने लोक। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।